ਲੈ ਮਰੋ ਤਾਂ ਇੱਧਰ ਬੈਠੀ ਆ, ਫੇਰ ਬਾਸੀਆਂ ਲਈ ਜਾਂਦੀ ਹੈਗੀ। ਦੇਖ ਚਾਹ ਬਣਾ ਕੇ ਦੇਵਾਂ? ਨਾ ਨਾ ਮਾਂ, ਮੈਂ ਉੱਧਰ ਪੈ ਗਈ ਸੀ, ਜਾ ਕੇ ਪੈ ਗਈ ਸੀ ਤੇ ਮੈਂ ਉੱਪਰ ਕੱਪੜੇ ਧੋਣ ਲੱਗ ਗਈ। ਮੇਰੀ ਗੱਲ ਸੁਣ, ਸ਼ਾਮ ਨੂੰ ਬਾਜ਼ਾਰ ਚੱਲਾਂਗੇ, ਸਮਾਨ ਜਾ ਲੈ ਕੇ ਆਉਣਾ ਥੋੜਾ ਜਿਹਾ। ਮੈਂ ਤਾਂ ਕਿਹਾ ਵੀ ਨੀ, ਮੰਮੀ ਨੂੰ ਵੀ ਨੀ ਕਿਹਾ ਹੈਗਾ। ਕੋਈ ਗੱਲ ਨੀ, ਜਾ ਆਵਾਂਗੇ ਆਪਾਂ। ਤੂੰ ਨੀ ਲੈ ਕੇ ਆਉਣਾ ਕੁਛ? ਨਾ ਨਾ, ਮੈਂ ਤਾਂ ਮਾਂ ਕੀ ਲੈ ਕੇ ਆਉਣਾ, ਸਾਰਾ ਕੁਛ ਹੈਗਾ ਮੇਰੇ। ਲਿਆ ਕੁਛ ਜੇ ਲੈ ਕੇ ਆਉਣਾ ਗਾ? ਪਿਆ ਮੇਰੇ ਕੋਲ ਸਾਰਾ ਕੁਛ, ਤੁਸੀਂ ਲਿਆਓ, ਤੁਸੀਂ ਕੀ ਲੈ ਕੇ ਆਉਣਾ? ਮੈਂ ਤਾਂ ਘਰ ਦਾ ਹੀ ਸਮਾਨ ਲੈ ਕੇ ਆਉਣਾ ਗਾ, ਗਲਾਸ ਗਲੂਸ ਹੋਰ ਕੀ। ਅੱਛਾ ਅੱਛਾ, ਮੈਂ ਕਿਹਾ ਚੱਲ ਨਵੇਂ ਜਿਹੇ ਡਿਜ਼ਾਈਨ ਦੇ ਲਿਆਉਂਦੇ ਆ, ਕੋਈ ਸੋਹਣੇ ਸੋਹਣੇ ਜੇ ਰਸੋਈ ਚ ਰੱਖਣ। ਠੀਕ ਹੈ ਮਾਂ, ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਪੁੱਛ ਬੇਜੇ ਜੀ, ਕੁਛ ਪੁੱਛ। ਤੁਸੀਂ ਪਹਿਲਾਂ ਸੌਂਹ ਖਾਓ, ਵੀ ਮੈਂ ਜਿਹੜੀ ਵੀ ਗੱਲ ਪੁੱਛੂ ਤੁਸੀਂ ਮੈਨੂੰ ਸਹੀ ਸਹੀ ਦੱਸੋਗੇ। ਵੀ ਤੁਸੀਂ ਇਹ ਗੱਲ ਨਹੀਂ ਸੋਚਣੀ, ਨਹੀਂ ਠੀਕ ਹੈ ਨਹੀਂ ਬੋਲੇ, ਪਰ ਤੁਸੀਂ ਇਹ ਗੱਲ ਨਹੀਂ ਸੋਚਣੀ ਹੈਗੀ ਵੀ ਜਾਂ ਤੁਸੀਂ ਡੈਡੀ ਕਰਕੇ ਝੂਠ ਬੋਲੋ ਜਾਂ ਮੇਰੇ ਕਰਕੇ, ਵੀ ਕਿਸੇ ਵੀ ਤਰ੍ਹਾਂ ਤੁਸੀਂ ਕੰਪਰੋਮਾਈਜ਼ ਨਹੀਂ ਕਰਨਾ ਹੈਗਾ। ਮੈਨੂੰ ਤੁਸੀਂ ਗੱਲ ਸਹੀ ਦੱਸੋਗੇ? ਪਤਾ ਨਹੀਂ ਕਿਹੜਾ ਬੰਬ ਫੋੜੇਗੀ, ਮੈਨੂੰ ਤਾਂ ਟੈਨਸ਼ਨ ਪਹਿਲੇ ਹੀ ਲਾ ਦਿੰਨੀ ਹੈਗੀ। ਤੁਸੀਂ ਪਹਿਲਾਂ ਖਾਓ ਸੋ। ਚੱਲ ਪੱਕੀ ਗੱਲ ਆ, ਪ੍ਰੋਮਿਸ ਤੇਰੇ ਨਾਲ, ਠੀਕ ਹੈ? ਪੱਕਾ ਵਾਅਦਾ ਤੇਰੇ ਨਾਲ। ਮੈਂ ਤੁਹਾਨੂੰ, ਚੱਲ ਮੈਂ ਤੁਹਾਨੂੰ ਉਦੋਂ ਵੀ ਇਹ ਗੱਲ ਪੁੱਛੀ ਸੀਗੀ ਵੀ ਨਾਨੀ ਆਈ ਹੋਈ ਆ ਇੱਥੇ, ਚਲੋ ਉਦੋਂ ਤੁਸੀਂ ਮੈਨੂੰ ਕਹਿਤਾ ਸੀਗਾ ਵੀ, ਤੁਸੀਂ ਮੈਨੂੰ ਉਦੋਂ ਸਮਝਾਇਆ ਸੀਗਾ ਵੀ ਹਾਂ ਇੱਦਾਂ ਨਹੀਂ ਕਰਨਾ ਚਾਹੀਦਾ, ਫਿਰ ਵੀ ਕੋਈ ਨਹੀਂ, ਜੋ ਆ ਮਰਜ਼ੀ ਇਨਸਾਨ ਹੀ ਆ ਹਨਾ, ਪਰ ਮੈਂ ਤੁਹਾਨੂੰ ਇਹ ਗੱਲ ਪੁੱਛੀ, ਤੁਹਾਨੂੰ ਸੱਚੀ ਬੁਰਾ ਨਹੀਂ ਲੱਗਦਾ? ਇਹ ਚ ਬੁਰਾ ਲੱਗਣ ਵਾਲੀ ਕਿਹੜੀ ਗੱਲ ਆ? ਪਹਿਲੀ ਗੱਲ ਇਹ ਆ ਹਨਾ, ਮੈਰਿਜ ਤੇ ਬਾਪੂ ਜੀ ਆਏ ਸੀ, ਜਿਹੜਾ ਇੰਨਾ ਪਿਆਰ ਕਰਦੇ ਸੀ, ਉਹ ਕਹਿੰਦੇ ਸੀ ਸਾਡੀ ਰੀਤ ਨੀਤੀ ਹੈਗੀ ਤੂੰ ਆਂਗੀ, ਹਨਾ, ਇੰਨਾ ਪਿਆਰ ਦਿੱਤਾ ਉਹਨਾਂ ਨੇ। ਬਾਕੀ ਗੱਲ ਇਹ ਆ, ਹੁਣ ਦੇਖ ਪਹਿਲਾਂ ਇੱਕ ਸੀ, ਹੁਣ ਦੋ ਹੋ ਗਏ, ਦੋ ਧੀਆਂ ਦੀ ਮਾਂ ਗੀ, ਜੇ ਮੈਂ ਧੀ ਦੀ ਮਾਂ ਹੋ ਕੇ ਵੀ ਇਹ ਕੁਛ ਸੋਚੀ ਜਾਊਂਗੀ ਤੇ ਫਿਰ ਨਹੀਂ ਸੈਟਣਾ ਵਿਚਾਰਿਆਂ ਨੂੰ, ਉਹਨਾਂ ਨੂੰ ਪਤਾ ਨਹੀਂ ਕਿੰਨਾ ਕੁ ਦੁੱਖ ਹੈਗਾ। ਹਾਂਜੀ, ਉਹ ਤਾਂ ਵਿਚਾਰੇ ਸ਼ਰਮਿੰਦਾ ਹੁੰਦੇ ਜਦੋਂ ਮੈਂ ਕੋਈ ਚੀਜ਼ ਫੜਾਉਣੀ ਹੈ ਨਾ, ਵਿਚਾਰੇ ਕਹਿ ਦਿੰਦੇ ਨੇਗੇ ਪੁੱਤ ਰਹਿਣ ਦਿੰਦੇ, ਮੈਂ ਆਪੇ ਚੱਕ ਲੈਂਦੇ ਅਸੀਂ, ਤੇ ਬਾਪੂ ਜੀ ਪੁੱਤ ਮੈਂ ਆਪੇ ਕੱਪੜੇ ਪ੍ਰੈਸ ਕਰ ਲੂੰ। ਉਹ ਇੰਨੇ ਸ਼ਰਮਿੰਦਾ ਨੇ ਕਿ ਮੈਨੂੰ ਕੰਮ ਨੂੰ ਨਹੀਂ ਕਹਿੰਦੇ ਵੀ ਕੋਈ ਇਹਨੂੰ ਨਾ ਬੁਰਾ ਲੱਗੇ, ਸਕਦੇ ਉਹ ਮੇਰੇ ਬਾਰੇ ਸੋਚਦੇ ਨੇਗੇ, ਮੈਨੂੰ ਕਾਹਦਾ ਬੁਰਾ ਲੱਗਣਾ। ਵਧੀਆ ਸਗਾਂ ਦੀ ਘਰ ਦੇ ਵਿੱਚ ਰੌਣਕ, ਐਡੇ ਵੱਡੇ ਘਰ 'ਚ ਕਿੱਧਰ ਕੰਧਾਂ ਕੋਣਾਂ 'ਚ ਵੱਜਦੀ ਫਿਰੂੰਗੀ ਮੈਂ। ਪਰ ਇੱਕ ਗੱਲ ਆ ਮਾਂ, ਪਲੀਜ਼, ਜਿਵੇਂ ਰੀਤ ਮੰਮੀ ਕਰਕੇ ਗਈ ਆ ਨਾ, ਤੁਸੀਂ ਇਦਾਂ ਨਾ ਕਰਕੇ ਜਾਇਓ ਹੁਣ, ਮੈਨੂੰ ਸੱਚੀ ਇਹ ਗੱਲ ਹਾਇਓ ਰੱਬਾ ਮੇਰਿਆ, ਕਿਉਂ ਟੈਨਸ਼ਨ ਲਈ ਆ? ਮੇਰੀ ਗੱਲ ਸੁਣ, ਤੂੰ ਮੈਨੂੰ ਉਹਦੇ ਨਾਲ ਮਿਲਾ ਰਹੀ ਆ, ਉਹਦੇ ਨਾਲ ਕੰਪਰੋਮਾਈਜ਼ ਕਰ ਰਹੀ ਆ? ਨਹੀਂ ਨਹੀਂ ਮੈਂ ਮਿਲਾ ਨਹੀਂ ਰਹੀ ਬਿਲਕੁਲ ਵੀ, ਪਰ ਪਤਾ ਨਹੀਂ ਮੈਨੂੰ ਨਾ, ਹੁਣ ਮੈਂ ਕਿਵੇਂ ਦੱਸਾਂ, ਪਹਿਲਾਂ ਤਾਂ ਚਲੋ ਨਾਨੀ ਪਹਿਲਾਂ ਦੀ ਇੱਥੇ ਰਹਿੰਦੇ, ਮੈਂ ਵਧੀਆ ਉਹਨਾਂ ਦਾ ਕਰਦੀ ਆ, ਧਿਆਨ ਵੀ ਰੱਖਦੀ ਆ, ਪਰ ਹੁਣ ਤੁਸੀਂ ਇੱਥੇ ਆ ਗਏ ਨਾ, ਮੈਨੂੰ ਹੌਲੀ ਹੌਲੀ ਮੇਰੇ ਦਿਮਾਗ 'ਚ ਪੁਰਾਣੀਆਂ ਗੱਲਾਂ ਫੇਰ ਤੋਂ ਆਉਣ ਲੱਗ ਜਾਂਦੀਆਂ ਨੇ, ਕਿਉਂਕਿ ਹੁਣ ਪਾਪਾ ਮੇਰੇ ਬਹੁਤ ਖੁਸ਼ ਰਹਿੰਦੇ ਨੇਗੇ, ਮੈਂ ਨਹੀਂ ਚਾਹੁੰਦੀ ਫੇਰ। ਆਪਾਂ ਕਿਸੇ ਵੀ ਇਨਸਾਨ ਨੂੰ ਕੰਪੇਅਰ ਤਾਂ ਕਰ ਸਕਦੇ ਪਰ ਕਦੇ ਵੀ ਇੱਕ ਦੂਜੇ ਦੀ ਸੋਚ ਨਹੀਂ ਮਿਲਦੀ, ਸ਼ਕਲਾਂ ਇੱਕ ਹੋ ਸਕਦੀਆਂ ਪਰ ਸੋਚ ਤਾਂ ਨਹੀਂ ਹੋ ਸਕਦੀ ਨਾ। ਠੀਕ ਹੈ, ਕਦੇ ਕਦੇ ਹੁੰਦਾ, ਮੈਨੂੰ ਹੋਇਆ ਸੀ ਫੀਲ, ਇਹ ਨਹੀਂ ਮੈਂ ਕਹਿੰਦੀ ਮੈਨੂੰ ਫੀਲ ਨਹੀਂ ਹੋਇਆ, ਠੀਕ ਹੈ, ਇਨਸਾਨ ਆਪਾਂ ਰੱਬ ਥੋੜ੍ਹੀ ਆ, ਜਦੋਂ ਬਾਰ ਬਾਰ ਉਹ ਰੀਤ ਰੀਤ ਹੀ ਕਰੀ ਜਾਂਦੇ ਸੀਗੇ ਜਦੋਂ ਹੋਸਪਿਟਲ 'ਚ ਜਾਂਦੇ ਸੀ ਹਨਾ, ਦੁੱਖ ਲੱਗਿਆ ਮੈਨੂੰ, ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹਿਤੀ ਸੀਗੀ, ਮੈਂ ਕਿਹਾ ਵੀ ਜੇ ਤੁਸੀਂ ਮੇਰੇ ਕੋਲ ਰਹਿਣਾ ਵੀ ਮੈਨੂੰ ਇੱਕ ਪ੍ਰੋਮਿਸ ਦਿਓ ਤੁਸੀਂ ਵੀ ਰੀਤ ਦਾ ਨਾਂ ਆਪਦੀ ਜ਼ੁਬਾਨ 'ਤੇ ਨਹੀਂ ਲਿਆਉਂਗੇ। ਪਤਾ ਕੀ ਆ, ਉਹਦੇ ਵਿੱਚ ਇਹ ਨਹੀਂ ਗੱਲ ਹੈਗੀ, ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਜਦੋਂ ਉਹ ਰੀਤ ਰੀਤ ਕਰੀ ਜਾਂਦੇ ਹੈਗੇ ਵੀ ਮੈਨੂੰ ਇੱਦਾਂ ਜਿਹਾ ਫੀਲ ਹੁੰਦਾ ਗਾ ਵੀ ਸ਼ਾਇਦ ਮੈਂ ਵੀ ਜਦੋਂ ਮੈਂ ਸੇਵਾ ਕਰਦੀ ਹਾਂ ਕੋਈ ਕਮੀ ਰਹਿ ਗਈ ਜਾਂ ਮੇਰੀ ਸ਼ਾਇਦ ਬੋਲਚਾਲ ਨਹੀਂ ਪਸੰਦ ਆਉਂਦੀ, ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਸ਼ਾਇਦ ਉਹਨਾਂ ਦੇ ਮਨ 'ਚ ਇਹ ਨਾ ਹੋਵੇ ਵੀ ਇੱਥੇ ਸਾਡੀ ਧੀ ਫਿਰਦੀ ਹੋਣੀ ਸੀ, ਇਹ ਤੀਜੀ ਕੌਣ ਹੈਗੀ। ਮਤਲਬ ਕਿ ਮੇਰੇ ਮਨ 'ਚ ਵੀ ਬਹੁਤ ਸਵਾਲ ਹੈਗੇ ਸੀ, ਮੈਂ ਨਹੀਂ ਕਹਿੰਦੀ, ਪਰ ਕਈ ਚੀਜ਼ਾਂ ਦੇ ਸਵਾਲ ਜਵਾਬ ਹੁੰਦੇ ਆ, ਜਿਹੜੇ ਸਵਾਲ ਵੀ ਦਿਲ 'ਚ ਹੀ ਦੱਬ ਲਏ ਇਨਸਾਨ ਚੰਗਾ ਰਹਿੰਦਾ। ਹੁਣ ਤਾਂ ਮੈਂ ਸਹੀ ਤੇਰੇ ਡੈਡੀ ਨਾਲ ਸ਼ੇਅਰ ਵੀ ਕਰ ਲੈਂਦੀ ਗੱਲ, ਪਰ ਕਿਤੇ ਨਾ ਕਿਤੇ ਜੇ ਮੈਂ ਉਹਨਾਂ ਕੋਲ ਗੱਲ ਕਰਦੀ ਉਹ ਕਹਿੰਦੇ ਤੂੰ ਵੀ ਇੰਨੀ ਛੋਟੀ ਸੋਚ ਚੱਕੀ ਫਿਰਦੀ ਆ।
ਪਰ ਕਹਿੰਦੇ ਕਈ ਗੱਲਾਂ ਨਾ ਔਰਤ ਦੇ ਮਨ ਚ ਰਹਿ ਜਾਣ ਉਹੀ ਚੰਗੀਆਂ ਹੁੰਦੀਆਂ ਨੇਗੀਆਂ। ਨਹੀਂ ਏਦਾਂ ਤਾਂ ਮੈਨੂੰ ਵੀ ਨਾਨੀ ਕਹਿ ਰਹੀ ਸੀ ਤੁਹਾਡੇ ਬਾਰੇ, ਤਾਰੀਫ ਕਰ ਰਹੀ ਸੀ, ਕਹਿੰਦੇ ਬਹੁਤ ਵਧੀਆ ਕੁੜੀ ਆ, ਵਧੀਆ ਧਿਆਨ ਰੱਖਦੀ ਆ, ਮੇਰਾ ਵੀ ਬਹੁਤ ਧਿਆਨ ਰੱਖਿਆ, ਮਤਲਬ ਸਾਨੂੰ ਤਾਂ ਏਦਾਂ ਮਹਿਸੂਸ ਹੀ ਨਹੀਂ ਹੁੰਦਾ ਹੈਗਾ ਵੀ ਉਹ ਵੀ ਬੇਗਾਨੀ ਹੈ, ਮੈਨੂੰ ਤਾਂ ਐਂ ਹੀ ਲੱਗਦਾ ਵੀ ਮੇਰੀ ਕੁੜੀ ਆ, ਪਰ ਉਹਨਾਂ ਨੇ ਮੇਰੇ ਸਾਹਮਣੇ ਰੀਤ ਦਾ ਨਾਮ ਨਹੀਂ ਲਿਆ, ਉਹਨਾਂ ਨੂੰ ਪਤਾ ਵੀ ਆ ਖਿੱਝ ਜਾਂਦੀ ਆ। ਅੱਛਾ ਮੇਰੀ ਗੱਲ ਸੁਣੋ, ਕਈ ਮੈਂ ਉਹਨਾਂ ਨੂੰ ਆਪਣੀ ਜਗ੍ਹਾ ਤੇ ਸਹੀ ਸਮਝਦੀ ਆ, ਕਿਉਂਕਿ ਹਜੇ ਕਹਿੰਦੇ ਨੇ ਜਿਹੜਾ ਬਾਪ ਹੁੰਦਾ, ਬਾਪ ਫਿਰ ਵੀ ਭੁੱਲ ਜਾਂਦਾ, ਧੀ ਧੀ ਚਾਹੇ ਪੁੱਤ ਮਾਂ ਨੇ 9 ਮਹੀਨੇ ਪੇਟ 'ਚ ਰੱਖੇ ਹੁੰਦੇ ਆ, ਫਿਰ ਉਹਨਾਂ ਦਾ ਦੇਖ ਲਓ ਸਾਰਾ ਗੁੰਮੁਤ ਸਾਫ਼ ਕਰਦੀ ਹੈ, ਕਿੰਨਾ ਕਰਦੀ ਹੈਗੀ ਬੱਚਿਆਂ ਦਾ, ਹੋ ਆਪਦਿਆਂ ਦਾ, ਜਦੋਂ ਅਚਾਨਕ ਟੁੱਟ ਕੇ ਚਲੇ ਜਾਂਦੇ ਆ, ਮਾਂ ਬਾਪ ਦੀ ਇੱਜ਼ਤ ਬਾਰੇ ਨਹੀਂ ਸੋਚਦੇ, ਮਾਂ ਨੂੰ ਦੁੱਖ ਤਾਂ ਲੱਗਦਾ ਨਾ, ਉਹ ਠੀਕ ਹੈ ਉਹ ਕਰਕੇ ਚੱਲ ਗਈ, ਕਿਤੇ ਨਾ ਕਿਤੇ ਨੂੰ ਇਹ ਉਹਨੂੰ ਵੀ ਇਹ ਹੋਊਗਾ ਹਾਏ ਮੇਰੀ ਧੀ ਇੱਥੇ ਰਾਜ ਕਰਦੀ ਸੀ, ਹੁਣ ਪਤਾ ਨਹੀਂ ਕੀ ਦੁੱਖ 'ਚ ਹੋਣੀ ਹੈ ਕਿ ਸੁੱਖ 'ਚ ਹੋਣੀ ਆ, ਉਹ ਮਨ 'ਚ ਤਾਂ ਚੱਲਦੀ ਹੈ ਨਾ, ਫਿਰ ਵੀ ਉਹ ਮਾਂ ਗਈ ਇੱਕ, ਉਹ ਆਪਦੀ ਜਗ੍ਹਾ ਸਹੀ ਆ। ਫਿਰ ਮੇਰੀ ਮਾਂ ਨੇ ਕਿਉਂ ਨਹੀਂ ਸੋਚਿਆ ਹੈਗਾ ਏਦਾਂ? ਜੇ ਹਰ ਇੱਕ ਦੀ ਸੋਚ ਇੱਕੋ ਜਿਹੀ ਹੋਵੇ ਉਹ ਤਾਂ ਮੈਂ ਕਹੀ ਜਾਂਦੀ, ਤੇਰੀ ਮਾਂ ਨੇ ਨਹੀਂ ਸੋਚਿਆ, ਸ਼ਾਇਦ ਉਹਨੂੰ ਆਪਣੀ ਐਸ਼ ਪ੍ਰਸਤੀ ਤੱਕ ਸੀਗਾ, ਸ਼ਾਇਦ ਉਹਨੂੰ ਤੇਰੇ ਪਿਆਰ ਨਾਲੋਂ ਜਾਂ ਇੱਧਰ ਮੰਮੀ ਡੈਡੀ ਦੇ ਪਿਆਰ ਨਾਲੋਂ ਜਾਂ ਤੇਰੇ ਡੈਡੀ ਦੇ ਪਿਆਰ ਨਾਲੋਂ ਬਗਾਨਿਆਂ ਦਾ ਪਿਆਰ ਜ਼ਿਆਦਾ ਲੱਗਣ ਲੱਗ ਗਿਆ। ਕਈ ਵਾਰ ਨਾ ਜਦੋਂ ਕਹਿੰਦੇ ਹੁੰਦੇ ਆ ਆਪਾਂ ਲੇਡੀਜ਼ ਨੂੰ ਜ਼ਿਆਦਾ ਖੁੱਲ੍ਹ ਦੇ ਦਿੰਦੇ ਹਾਂ ਹਨਾ, ਉਹ ਇਹ ਭੁੱਲ ਜਾਂਦੀ ਹੈਗੀ ਵੀ ਮੇਰੀ ਕੋਈ ਹੱਦ ਹੈਗੀ, ਜੇ ਮੈਨੂੰ ਕੋਈ ਰੋਕ ਟੋਕ ਨਹੀਂ ਰਿਹਾ, ਉਹਦੀ ਵੀ ਹੱਦ ਹੁੰਦੀ ਹੈ ਨਾ, ਉਹ ਸਭ ਕੁਝ ਭੁੱਲ ਗਈ ਸੀ, ਪਰ ਮੈਂ ਤਾਂ ਇੰਨਾ ਨਹੀਂ ਜਾਣਦੀ ਉਹਦੇ ਬਾਰੇ, ਤੁਸੀਂ ਜਾਣਦੇ ਹੋ, ਤੇ ਹੁਣ ਮੈਂ ਇਹਨਾਂ ਗੱਲਾਂ ਦੇ ਜਵਾਬ ਤੈਨੂੰ ਨਹੀਂ ਦੇ ਸਕਦੀ। ਜੇ ਤਾਂ ਮੈਂ ਉਹਨੂੰ ਜਾਣਦੀ ਹੁੰਦੀ, ਉਹਨੂੰ ਦੇਖਿਆ ਹੁੰਦਾ, ਉਹ ਮੈਂ ਉਹਦੀਆਂ ਹਰਕਤਾਂ ਸੁਣੀਆਂ, ਗੱਲਾਂ ਸੁਣੀਆਂ ਤੁਹਾਡੇ ਕੋਲੋਂ, ਮੈਂ ਹੁਣ ਇਹਨਾਂ ਗੱਲਾਂ ਦੇ ਜਵਾਬ ਨਹੀਂ ਦੇ ਸਕਦੀ। ਕੋਈ ਨਾ, ਇਹ ਗੱਲ ਦਾ ਜਵਾਬ ਤੈਨੂੰ ਮਿਲੂਗਾ ਵੀ ਤੇਰੀ ਮਾਂ ਨੇ ਤੇਰੇ ਬਾਰੇ ਕਿਉਂ ਨਹੀਂ ਸੋਚਿਆ, ਠੀਕ ਹੈ, ਪਰ ਨਹੀਂ ਇੱਥੇ ਤੂੰ ਮੈਨੂੰ ਵੀ ਕਿਤੇ ਨਾ ਕਿਤੇ ਛੋਟਾ ਕਰ ਦਿੰਦੀ, ਕਹਿ ਦਿੰਦੀ ਮੇਰੀ ਮਾਂ ਨੇ ਕਿਉਂ ਨਹੀਂ ਸੋਚਿਆ। ਨਹੀਂ ਨਹੀਂ ਮਾਂ ਤੁਸੀਂ ਮੈਨੂੰ, ਤੁਸੀਂ ਤਾਂ ਪਲੀਜ਼ ਮੈਨੂੰ ਸਮਝੋ, ਮੇਰੇ ਨਾ ਮੈਂ ਸਮਝ ਮੇਰੇ ਗਈ ਮਨ ਤੈਨੂੰ, ਚ ਇੱਕ ਥੋੜਾ ਡਰ ਜਿਹਾ ਬੈਠ ਗਿਆ ਹੁਣ। ਮੈਂ ਤਾਂ ਹੀ ਕਹਿ ਰਹੀ ਹਾਂ ਤੈਨੂੰ, ਠੀਕ ਹੈ ਨਾ, ਇਹ ਸਵਾਲ ਦਾ ਜਵਾਬ ਤੈਨੂੰ ਸਮੇਂ ਨਾਲ ਆਪੇ ਮਿਲ ਜਾਣਾਗਾ। ਕਈ ਗੱਲਾਂ ਦਾ ਨਾ ਜਿਹੜਾ ਨਤੀਜਾ ਹੁੰਦਾ ਸਮੇਂ ਤੇ ਛੱਡ ਦੇਣਾ ਚਾਹੀਦਾ, ਸਾਰਾ ਤੇਰੇ ਸਾਹਮਣੇ ਆ ਜਾਊਗਾ। ਇਹ ਨਾ ਆਪਣੇ ਆਪ ਨਾ ਇਹ ਜਿਹੜਾ ਭੁਚਾਲ ਆ ਨਾ ਤੇਰੇ ਅੰਦਰ ਚੱਲਦਾ, ਇਹਨੂੰ ਥੋੜਾ ਠੰਡਾ ਕਰ ਲਾ, ਠੀਕ ਹੈ, ਆਪਦੀ ਜ਼ਿੰਦਗੀ ਆਪਦੀ ਜ਼ਿੰਦਗੀ ਜਿਉਂ, ਜਦੋਂ ਉਹ ਆਪਦੇ ਰਸਤੇ ਚੱਲ ਗਈ, ਤੂੰ ਆਪਦੀ ਜ਼ਿੰਦਗੀ ਜ਼ਰੂਰ ਖਰਾਬ ਕਰਨੀ ਆ, ਹੁਣ ਕਿੰਨਾ ਕੁ ਟਾਈਮ ਸੋਚੇਂਗੀ? ਨਹੀਂ ਮੈਂ ਤਾਂ ਸੋਚਦੀ ਨਹੀਂ ਹੈਗੀ ਬਿਲਕੁਲ ਜੇ ਸੋਚੇਂਗੀ, ਤੇਰੀ ਆਉਣ ਵਾਲੀ ਜ਼ਿੰਦਗੀ ਬਿਲਕੁਲ ਵੀ ਖੁਸ਼ ਨਹੀਂ ਹੋਣੀ, ਕੱਲ ਨੂੰ ਤੇਰਾ ਵਿਆਹ ਹੋਣਾ, ਫਿਰ ਵੀ ਇਹ ਸੋਚੀ ਜਾਵੇਂਗੀ, ਤੈਨੂੰ ਤਾਂ ਇਹ ਸਵਾਲਾਂ ਦਾ ਜਵਾਬ ਸਕਣ ਦੀ ਆਪਣੇ ਆਪ ਨਾਲ ਤੈਨੂੰ ਸਹਿਮਤ ਹੋਣਾ ਚਾਹੀਦਾ ਵੀ ਹਾਂ ਉਹ ਮੇਰੀ ਮਾਂ ਹੈ ਹੀ ਨਹੀਂ ਸੀ ਜਿਹੜੀ ਛੱਡ ਕੇ ਚੱਲ ਗਈ, ਜੇ ਉਹਨੂੰ ਫਿਕਰ ਹੁੰਦਾ ਉਹ ਤੇਰੇ ਕੋਲ ਹੁੰਦੀ, ਮੈਂ ਨਹੀਂ ਸੀ ਹੋਣਾ ਤੇਰੇ ਕੋਲ। ਚਲੋ ਠੀਕ ਹੈ, ਉਦਾਸ ਆ? ਨਹੀਂ ਨਹੀਂ ਲੱਗਦਾ ਉਦਾਸ ਆ, ਚੱਲ ਕੋਈ ਨਾ ਸ਼ਾਮ ਨੂੰ ਤਿਆਰ ਹੋ ਜਾਈ ਆਪਾਂ ਚੱਲਾਂਗੇ, ਠੀਕ ਹੈ, ਖੂਬ ਮਸਤੀ ਕਰਾਂਗੇ, ਨਾਲੇ ਜਿਹੜਾ ਕੁਝ ਖਾਣਾ ਹੋਇਆ ਖਾ ਕੇ ਵੀ ਆਵਾਂਗੇ, ਠੀਕ ਹੈ। ਨਾਲੇ ਮੈਂ ਵੀ ਇਕੱਲੀ ਜੀ ਰਹਿ ਜਾਂਦੀ ਸੀ, ਕਿਤੇ ਨਹੀਂ ਸੀ ਜਾਂਦੀ। ਉਹ ਸੱਚ ਮੈਂ ਤੁਹਾਨੂੰ ਐ ਪੁੱਛਣਾ ਸੀਗਾ, ਉਹ ਮੈਂ ਤਾਂ ਨਾਮ ਭੁੱਲ ਜਾਂਦੀ ਹਾਂ ਕੁੜੀ ਦਾ, ਕੀ ਨਾਮ? ਕੁਦਰਤ। ਹਾਂ ਕੁਦਰਤ, ਤੇ ਉਹਦੀ ਸਟੱਡੀ ਬਾਰੇ ਕੀ ਸੋਚਿਆ ਤੁਸੀਂ ਹੁਣ? ਸਟੱਡੀ ਤਾਂ ਹੁਣ ਤੈਨੂੰ ਕੀ ਦੱਸਾਂ, ਬਾਲੀਆਂ ਲੰਮੀਆਂ ਚੌੜੀਆਂ ਸਟੋਰੀਆਂ ਨੇਗੀਆਂ। ਨਹੀਂ ਪਾਪਾ ਕਹਿ ਰਹੇ ਸੀ, ਕਹਿੰਦੇ ਵੀ ਲਾਤਾ ਸੀਗਾ ਪੜ੍ਹਨ, ਹਾਂ ਇੱਥੇ ਪਾਤਾ ਸੀ ਰੰਪਰੇ ਆਪਣੇ, ਫੇਰ ਕੀ ਉਹ ਕੀ ਨਾਮ ਉਹਨਾਂ ਦਾ, ਉਹ ਧਮਕੀਆਂ ਦੇਣ ਲੱਗ ਗਏ ਫੇਰ। ਅੱਛਾ ਹਾਂ ਸੱਚ, ਮੇਰੇ ਪਾਪਾ ਨੇ ਦੱਸਿਆ ਉਹ ਕਹਿੰਦੇ ਹੁਣ ਉਹਨੂੰ ਚੁੱਕਣ ਨੂੰ ਫਿਰਦੇ ਆ ਉਹ। ਨਹੀਂ ਨਹੀਂ ਕੋਈ ਗੱਲ ਨਹੀਂ, ਉਹ ਕਹਿ ਰਹੇ ਸੀ, ਕਹਿੰਦੇ ਇਹਨੂੰ ਆਪਾਂ ਬਾਹਰ ਭੇਜ ਦਾਂਗੇ। ਹਾਂ ਬਸ ਕੋਈ ਟੈਨਸ਼ਨ ਨਹੀਂ, ਤੂੰ ਨਾ ਇਹ ਤਾਂ ਅਸੀਂ ਆਪੇ ਸੋਚਾਂਗੇ,
ਤੂੰ ਆਪਦੀ ਜ਼ਿੰਦਗੀ ਬਾਰੇ ਸੋਚ, ਠੀਕ ਹੈ ਨਾ। ਨਹੀਂ ਫੇਰ ਵੀ ਸਾਡੇ ਕਰਕੇ ਤੁਸੀਂ ਨਾ ਨਾ ਮੁਸੀਬਤ 'ਚ ਪੈ ਜਾਓ ਬਿਨਾਂ ਮਤਲਬ ਤੋਂ। ਮੁਸੀਬਤ ਕਾਹਦੀ ਆ, ਹੁਣ ਸਾਰੇ ਇਕੱਠੇ ਆ, ਜਦੋਂ ਮੁੱਠੀ ਕਹਿੰਦੇ ਜੇ ਤਾਂ ਖੁੱਲਗੀ ਤਾਂ ਕੱਖ ਦੀ ਨਹੀਂ, ਜੇ ਬੰਦ ਆ ਤਾਂ ਲੱਖ ਦੀ ਹੈ, ਠੀਕ ਹੈ। ਕੋਈ ਠੀਕ ਗੱਲ ਨਹੀਂ, ਸਾਰਾ ਕੁਝ ਸੈੱਟ ਹੋ ਜੂ, ਤੂੰ ਹੁਣ ਰੈਸਟ ਕਰ ਲਾ ਤੇ ਮੈਂ ਥੋੜੀ ਥੋੜੀ ਚਾਹ ਬਣਾ ਲੈਂਦੀ ਹਾਂ, ਫਿਰ ਦੁਬਾਰਾ ਆਪਾਂ ਰੈਡੀ ਹੋ ਕੇ ਠੀਕ ਚੱਲਾਂਗੇ, ਹੈ ਠੀਕ ਹੈ। ਠੀਕ ਹੈ। ਐਵੇਂ ਨਾ ਟੈਨਸ਼ਨ ਲੈ। ਮੈਂ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਗਈ। ਮੈਂ ਤਾਂ ਇਹ ਦੱਸਣ ਆਈ ਸੀ ਵੀ ਸ਼ਾਮ ਨੂੰ ਮੈਂ ਤੇ ਮਨੂ ਨੇ ਬਾਜ਼ਾਰ ਜਾਣਾ ਗਾ। ਯਾਰ ਜਾਣਾ ਕਿਉਂ ਜਾ ਨਹੀਂ ਸਕਦੇ? ਨਾ ਨਾ, ਜਾ ਤਾਂ ਕਿਉਂ ਸਕਦੇ, ਜਾ ਸਕਦੇ ਹੋ, ਤੇ ਗੱਲ ਐ ਸੀ ਵੀ ਕਿਤੇ ਐ ਕੱਲੀਆਂ ਨਾ ਵਗ ਜਾਓ ਤੇ ਨਾਲ ਸਕਿਉਰਿਟੀ ਲੈ ਕੇ ਜਾਇਓ। ਕਿਉਂ, ਕੁੱਲੀਆਂ ਨੂੰ ਕੀ ਹੁੰਦਾ, ਹੁਣ ਸਿਕਿਉਰਿਟੀ ਅਸੀਂ ਕਿ ਪਤਾ ਨਹੀਂ ਕਿੱਥੇ ਕਿੱਥੇ ਖੜਾਂਗੇ, ਨਾਲ ਨਾਲ ਹੀ ਬਸ। ਉਹ ਨਾਲ ਨਹੀਂ, ਮੈਂ ਜਿਹੜੀ ਗੱਲ ਤੋਂ ਡਰਦਾ, ਮੁੜ ਕੇ ਬੇਲਾ ਨਹੀਂ ਹੱਥ ਆਉਂਦਾ, ਤਾਂ ਕਹਿੰਦਾ ਸੀ ਸਿਵਲ ਵਰਦੀ 'ਚ ਲੈ ਜਾਓ, ਵਰਦੀ ਨਾ ਪਵਾਇਓ, ਇੱਕ ਜਾਣੇ ਲੈ ਜਾਓ, ਹਥਿਆਰ ਤਾਂ ਕੋਲ ਚੰਗਾ ਹੀ ਰਹਿੰਦਾ ਨਾ। ਚਲੋ ਠੀਕ ਆ, ਉਹ ਤਾਂ ਲੈ ਸਹੇਲੀ ਜਾਵਾਂਗੇ। ਬਣਾ ਕੇ ਲੈ ਜਾਓ, ਜਿੱਥੇ ਤੁਸੀਂ ਬੈਠੋਗੇ ਅਗਲਾ, ਚਲੋ 10 2 ਮਿੰਟ ਪਿੱਛੇ ਹੋ ਗਏ, ਖੜ ਜੂ, ਫਿਰ ਚਲਾ ਬੰਦਾ ਕੋਲੇ ਅਗਲੇ ਨੂੰ ਆ ਜਾਂਦਾ ਕਿ ਖੜਾ ਹੈਗਾ, ਹੋਰ ਤਾਂ ਕੋਈ ਗੱਲ ਨਹੀਂ ਹੁੰਦੀ। ਠੀਕ ਆ। ਹਾਂ, ਜਾਣ ਨੂੰ ਤਾਂ ਕੋਈ ਗੱਲ ਨਹੀਂ, ਚਲ ਜਾਣਾ ਤਾਂ ਹੈਗੇ, ਤੇ ਸਮਾਨ ਸਮੂਨ ਲੈ ਕੇ ਆਉਣਾ ਕੋਈ? ਹਾਂ ਬਸ ਘਰ ਦਾ ਹੀ ਸਮਾਨ ਜਿਹਾ ਲੈ ਕੇ ਆਉਣਾ ਗਾ। ਚਲੋ ਜਾਊਂਗੇ ਤਾਂ ਹੈਗੇ, ਫਿਰ ਤੂੰ ਵੀ ਆਪਦਾ ਕੁਛ ਲਿਆਈ। ਉਹ ਤਾਂ ਕੋਈ ਗੱਲ ਨਹੀਂ, ਮੈਂ ਲੈ ਆਊਂਗੀ, ਹਾਂ, ਤੇ ਉਹਨੂੰ ਪੁੱਛ ਲਈ, ਜੇ ਮਨੂ ਨੇ ਕੁਛ ਲਿਆਉਣਾ ਹੈ ਉਹਨੂੰ ਵੀ ਲਿਆ ਉਹਨੂੰ ਪੁੱਛਿਆ ਗਿਆ, ਬਾਕੀ ਉਹ ਬਾਜ਼ਾਰ 'ਚ ਜਾ ਕੇ ਪਤਾ ਲੱਗੂ ਉਹਦੀ ਕੀ ਰਾਏ ਬਣਦੀ ਆ, ਹੁਣ ਤਾਂ ਕਹਿੰਦੀ ਮੇਰੇ ਕੋਲ ਸਾਰਾ ਕੁਛ ਹੈਗਾ ਹਲੇ। ਚਲੋ ਤਾਂ ਠੀਕ ਆ, ਉਹ ਇਸ ਕਰੀਮ ਵੱਧ ਖਾਂਦੇ ਥੋੜੀ ਜਿਹੀ, ਇਸ ਕਰੀਮ ਆ ਡੱਬੇ ਹੀ ਲਿਆ ਭਾਵੇਂ, ਉਹ ਤਾਂ ਬਣਾਈ ਪਈ ਹੈ ਪਹਿਲਾਂ ਹੀ ਘਰੇ, ਕਰੀ ਬਣਾ ਲਈ। ਹੋਰ ਚਲੋ ਇਹ ਤਾਂ ਠੀਕ ਹੈ, ਹੋਰ ਤਾਂ ਨਹੀਂ ਬੋਲੀ ਕੁਛ, ਪਤਾ ਨਹੀਂ ਕੀ ਗੱਲ ਆ ਉਹਦੇ ਮਨ ਤੇ ਨਾ, ਮੂੰਹ ਤੇ ਅਦਾਸੀ ਜੈ ਅਦਾਸੀ ਜੀ, ਕਿਵੇਂ ਕੋਈ ਗੱਲ ਹੈ ਨਾ, ਲੈ ਕੇ ਚਿੰਤਾ ਜੀ ਕਰੀ ਬੈਠੀ ਨਹੀਂ, ਮੈਨੂੰ ਲੱਗਿਆ ਸਵਾਲ ਜਵਾਬ ਤਾਂ ਮੈਨੂੰ ਵੀ ਬਹੁਤ ਕਰ ਰਹੀ ਸੀਗੀ, ਕੋਈ ਨਾ ਦਿਮਾਗ 'ਚ ਤਾਂ ਗੱਲ ਚੱਲੀ ਜਾਂਦੀ ਹੈ, ਹੈਗੀ ਹੈਗੀ ਗੱਲ। ਅਦਾਸੀ ਜੀ ਕਹਿੰਦੀ ਤੁਸੀਂ ਘਰੇ, ਤੁਹਾਨੂੰ ਫੀਲ ਨਹੀਂ ਹੁੰਦਾ, ਕਹਿੰਦੀ ਉਹ ਇੱਥੇ ਨੇ ਗੇ ਨਾਨੀ, ਕਹਿੰਦੀ ਤੁਹਾਨੂੰ ਐਂ ਜੇ ਲੱਗਦਾ ਨਹੀਂ ਹੈਗਾ ਵੀ ਉਹ ਇੱਥੇ ਕਾਹਤੋਂ ਆਉਂਦੇ ਵੀ ਉਹਦੇ ਰਿਸ਼ਤੇਦਾਰ, ਮੈਂ ਕਿਹਾ ਮੈਨੂੰ ਕੀ ਪ੍ਰੋਬਲਮ ਆਗੀ, ਬਸ ਇਸੇ ਗੱਲ ਨੂੰ ਮੈਨੂੰ ਲਈ ਬੈਠੀ ਹੈ ਵੀ ਕਿਤੇ ਉਹਨਾਂ ਦੀ ਵਜ੍ਹਾ ਨਾਲ ਵੀ ਤੁਹਾਡਾ ਨਾ ਕੋਈ ਫਰਕ ਪੈ ਜਾਵੇ, ਮੈਂ ਕਿਹਾ ਸਾਡਾ ਕਿਉਂ ਪਊਗਾ, ਲੈ ਕਮਾਲ ਕਰੀ ਜਾਂਦੀ, ਜੇ ਕੋਈ ਇਹੀ ਗੱਲ ਹੋਊਗੀ ਮੈਂ ਆਪ ਕਰ ਲਾਂਗਾ ਹੈਂਡਲ, ਇਸੀ ਗੱਲ ਆ, ਕੋਈ ਗੱਲ ਵੀ ਇੱਕ ਨਹੀਂ, ਮਾਂ ਦੀ ਧੀ ਹੈ, ਮੈਂ ਕਿਹਾ ਸੋਚਣਾ ਚਾਹੀਦਾ, ਉਹ ਆਪ ਵਿਚਾਰੇ ਕਹਿੰਦੇ ਸਾਰੀ ਉਮਰ ਆਪਣੇ ਕੋਲ ਬੈਠੇ ਰਹਿਣਗੇ, ਚਲ ਦੁੱਖ ਦੇ ਸੁੱਖ ਦੇ ਆਉਂਦੇ ਪਰ ਆਪਣਾ ਸਹਾਰਾ ਮੰਨਣਾ, ਮੈਂ ਚਲ ਆਪਾਂ ਤਾਂ ਸਹਾਰੇ ਹੀ ਚਲਾ ਜਾਂਦੇ ਆ, ਹੱਸਦੇ ਖੇਡਦੇ ਰਹਿੰਦੇ ਆ, ਸਹੀ ਗੱਲ ਹੈ, ਕਿਹੜਾ ਆਪਾਂ ਕਿਸੇ ਨੂੰ ਸਮਝਦੇ ਨੀਗੇ, ਸਹੀ ਹੈ, ਇੰਨੇ ਬਾਹਰੋਂ ਆਉਂਦੇ ਆ ਗਏ, ਮੈਂ 100 100 ਬੰਦਾ ਆ ਕੇ ਜਾਂਦਾ, ਜੇ ਉਹ ਆਪਣੇ ਕੋਲ ਆ ਕੇ ਰਹਿ ਪੈਂਦੇ ਫਿਰ ਕਿੱਡੀ ਗੱਲ ਆ, ਬਾਕੀ ਫਿਰ ਉਹਨਾਂ ਦੇ ਪੋਤੀ ਪੋਤਾ ਤਾਂ ਹੈਗੇ ਹੀ ਆ, ਫਿਰ ਆਪਾਂ ਨੂੰ ਕੀ ਹੈ। ਚਲੋ ਕੋਈ ਨਾ, ਹੱਕ ਆ ਉਹਦਾ ਸੋਚਣ ਦਾ, ਕਈ ਵਾਰੀ ਹੋ ਜਾਂਦਾ ਜਦੋਂ ਘਰ ਦੇ ਵਿੱਚ ਇਦਾਂ ਦੀਆਂ ਗੱਲਾਂ ਹੋਈਆਂ ਹੋਣ ਨਾ। ਬਸ ਇਸੇ ਕਰਕੇ ਹੀ ਆ, ਉਹਨੂੰ ਆਈ ਡਰੀ ਜਾਂਦੀ ਵੀ ਕਦੇ ਦੁਬਾਰੇ ਨਾ ਕੋਈ ਗੱਲਬਾਤ ਹੋ ਜੇ, ਬਸ ਉਹ ਮੇਰੇ ਬੰਨੇ ਨਾ ਥੋੜ੍ਹਾ ਵੱਧ ਸੋਚਦੀ ਆ, ਹੋਰ ਨਹੀਂ ਕੋਈ ਗੱਲ, ਮੈਨੂੰ ਪਤਾ ਕੋਈ ਨਾ ਕੋਈ ਚਿੰਤਾ ਰੱਖਦੀ ਹੈ, ਬਸ ਮੈਂ ਉਹਨੂੰ ਬਥੇਰਾ ਸਮਝਾਇਆ ਜੇ, ਮੈਂ ਕਿਹਾ ਨਹੀਂ ਫਰਕ ਪੈਂਦਾ ਹੁਣ ਨਾ, ਤੂੰ ਬਾਰ ਬਾਰ ਤਾਂ ਨਹੀਂ ਆਇਆ ਹੁੰਦਾ, ਪਰਮਾਤਮਾ ਦਾ ਸਾਥ ਆਪਣੇ ਨਾਲ ਆ, ਵਾਰੀ ਵਾਰੀ ਇੱਕੋ ਗੱਲ ਨਹੀਂ ਲਈ ਦਿੰਦੀ ਪੁੱਤ। ਚੱਲ ਕੋਈ ਨਾ, ਉਹਦਾ ਸੋਚਣ ਦਾ ਹੱਕ ਆ, ਅਤੇ ਫਿਰ ਮੈਂ ਤਾਂ ਇਹੀ ਦੱਸਣਾ ਸੀ, ਮੈਂ ਕਿਹਾ ਬਾਜ਼ਾਰ ਜਾਵਾਂਗੇ ਅਤੇ ਮਾਸੀ ਨੂੰ ਕਹਿ ਦਿਓ, ਠੀਕ ਹੈ ਨਾ, ਜੋ ਕੰਮ ਕੁੰਮ ਕਰੂ ਕਿ ਮੰਮੀ ਨੂੰ ਉੱਧਰ ਟਾਈਮ ਨਾਲ ਜੇ ਕੁਛ ਚਾਹੀਦਾ ਹੋਇਆ ਉਹਦੇ ਕੋਲ ਹੀ ਬੈਠ, ਜੇ ਮੈਂ ਤਾਂ ਕਹਿੰਦੀ ਹਾਂ ਵੀ ਟਾਈਮ ਨਾਲ ਕੁਛ ਉਹਨੂੰ ਫੜਾ ਫੜੂ ਦੂ, ਹੈ ਨਾ, ਕਈ ਵਾਰੀ ਬੰਦੇ ਨੂੰ ਚੀਜ਼ ਚਾਹੀਦੀ ਕੋਈ ਹੁੰਦੀ ਆ ਉਹ ਸੰਗ 'ਚ ਮੰਗਦੀ ਵੀ ਨਹੀਂ। ਆਪਦਾ ਜਾ ਆਇਓ, ਰੋਟੀ ਪਾਣੀ ਮੈਂ ਮਾਸੀ ਨੂੰ ਕਹਿ ਦੂੰਗਾ, ਆਪੇ ਸਾਰਾ ਕੁਝ ਬਣਾ ਦੂੰਗੀ, ਠੀਕ ਹੈ, ਕਿਉਂਕਿ ਬਾਜ਼ਾਰ ਗਏ ਬੰਦੇ ਨੂੰ ਟਾਈਮ ਤਾਂ ਲੱਗ ਹੀ ਜਾਂਦਾ, ਲੇਟ ਜਿੰਨਾ ਹੋ ਟਾਈਮ ਜਾਂਦਾ, ਬਾਗੀ ਗਏ ਭਾਵੇਂ ਵੱਧ ਲਾਇਓ, ਕੋਈ ਚੱਕਰ ਵਾਲੀ ਗੱਲ ਨਹੀਂ, ਤੁਹਾਡੇ ਆਉਂਦੇ ਨੂੰ ਸਾਰਾ ਕੁਝ ਤਿਆਰ ਹੋ ਜਾਂਦਾ। ਚਲ ਠੀਕ ਹੈ ਫਿਰ, ਫੇਰ ਹੁੰਦਾ ਗਾ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਉਹ ਕੀ ਗੱਲ ਹੋ ਗਈ ਹੁਣ, ਤੁਸੀਂ ਪਹਿਲਾਂ ਘਰ ਨਹੀਂ ਮਿਲ ਲਓ ਨਾ, ਚਲ ਤੁਸੀਂ ਐਂ ਕਰ ਆ,
ਫਿਰ ਮੈਂ ਉਹਨਾਂ ਨੂੰ ਫੋਨ ਲਾ ਦਿੰਦਾ, ਉਹ ਆਪਦੇ ਰਿਸ਼ਤੇਦਾਰਾਂ ਨੂੰ ਬੁਲਾਉਣਾ ਬੁਲਾ ਲੈਣਗੇ, ਤੇ ਤੁਹਾਨੂੰ ਸੱਦ ਕੇ ਇੱਕ ਦਿਨ ਫਿਰ ਆਪਾਂ ਨਿਬੇੜ ਹੀ ਦਿੰਦੇ ਹਾਂਗੇ। ਠੀਕ ਹੈ, ਆਹੋ ਇੱਥੇ ਘਰ ਆ ਜਾਓ ਮੇਰੇ ਕੋਲ, ਮੈਂ ਉਹਨਾਂ ਨੂੰ ਫੋਨ ਲਾ ਦਿੰਦਾ ਗਾ, ਤੂੰ ਆਪਦੇ ਰਿਸ਼ਤੇਦਾਰਾਂ ਨੂੰ ਲਾ ਦੇ, ਬਸ ਮੈਂ ਉਹਨਾਂ ਨਾਲ ਗੱਲ ਕਰ ਲੈਣਾ, ਉਹਨੂੰ ਪੁੱਛ ਲਾਂਗਾ, ਜੇ ਕੱਲ੍ਹ ਨੂੰ ਕਹੇ ਤਾਂ ਮੈਂ ਤੈਨੂੰ ਦੁਬਾਰੇ ਫੋਨ ਲਾ ਕੇ ਦੱਸ ਦੂੰਗਾ, ਅਤੇ ਫਿਰ ਕੱਲ੍ਹ ਨੂੰ ਤੂੰ ਫੋਨ ਲਾ ਕੇ ਦੱਸ ਦੇ। ਹਾਂ ਫਿਰ ਬਹਿ ਕੇ ਆਮੋ ਸਾਹਮਣੇ ਗੱਲ ਹੋ ਜਾਊ। ਆ ਗਿਆ ਹੁਣ, ਹੈਲੋ, ਸਤਿ ਸ਼੍ਰੀ ਅਕਾਲ ਜੀ, ਉਹ ਮੈਂ ਤੈਨੂੰ ਹੀ ਫੋਨ ਲਾਉਣ ਲੱਗਦਾ ਸੀਗਾ, ਫਿਰ ਤੁਸੀਂ ਐਂ ਕਰੋ ਵੀ ਆਈ ਨਹੀਂ ਕੰਮ ਲੋਟਾਉਂਦਾ, ਆਹਮਣੇ ਸਾਹਮਣੇ ਤੁਹਾਡੀ ਗੱਲ ਹੋ ਜੂ, ਬਹਿ ਕੇ ਇੱਥੇ ਕਰ ਲਾਂਗੇ, ਤੁਸੀਂ ਆਪਦੇ ਇੱਕ ਦਿਨ ਰਿਸ਼ਤੇਦਾਰਾਂ ਨੂੰ ਬੁਲਾ ਲਓ, ਉਹਨਾਂ ਦਾ ਹੁਣ ਫੋਨ ਉਹਨਾਂ ਦਾ ਆ ਹੀ ਪਿਆ ਜੀ, ਬਸ ਉਹ ਦਿੱਤੀ ਤੇਰਾ ਆ ਗਿਆ। ਚੱਲ ਠੀਕ ਹੈ, ਮੈਂ ਉਹਨਾਂ ਨੂੰ ਫੋਨ ਲਾ ਕੇ ਦੱਸ ਦਿੰਦਾ, ਠੀਕ ਹੈ, ਕੱਲ੍ਹ ਦੇ ਰੱਖ ਦੇ ਫਿਰ। ਹਾਂ ਹਾਂ ਮੇਰੀ ਗੱਲ ਹੋ ਗਈ, ਉਹਨਾਂ ਦਾ ਆਪਦੇ ਫੋਨ ਆਇਆ ਹੋਣੀ, ਮੈਂ ਹਾਂ ਦੱਸ ਦਿਆ ਜਾਂਦਾ ਤੈਨੂੰ, ਵਿੱਚ ਉਹਦੀ ਤੇਰਾ ਆ ਗਿਆ, ਬਸ ਮੈਂ ਇਹ ਕਹਿ ਸੀ ਉਹਨਾਂ ਨੂੰ, ਮੈਂ ਫੋਨ ਲਾ ਦਿੰਦਾ, ਚੱਲ ਮੈਂ ਉਹਨਾਂ ਨੂੰ ਲਾ ਕੇ ਕਹਿਣਾ, ਠੀਕ ਹੈ ਜੀ, ਲੈ ਉਹਨਾਂ ਦਾ ਆਪ ਹੀ ਆ ਗਿਆ, ਹੁਣ ਇਹਨਾਂ ਨੂੰ ਲਾ ਕੇ ਕਹੀ ਦਿੰਦੇ ਹਾਂ ਵੀ ਕੱਲ੍ਹ ਨੂੰ ਭਾਈ ਆ ਹੀ ਜਾਓ ਘਰੇ, ਹਾਂ ਫਿਰ ਦੀ ਫੇਰ ਹੀ ਰਹਿ ਜੂਗੀ, ਇੱਕ ਮਿੰਟ ਨਹੀਂ ਸਬਰ ਕਰਦੇ। ਹੈਲੋ, ਉਹ ਕੱਟਿਆ ਨਹੀਂ ਗਿਆ ਸੀ, ਉਹਨਾਂ ਦਾ ਆ ਗਿਆ ਜੀ ਫੋਨ, ਹਾਂ ਆਪ ਹੀ ਲਾ ਲਿਆ ਉਹਨਾਂ ਨੇ, ਮੈਂ ਤੈਨੂੰ ਐਂ ਕਹਿੰਦਾ ਸੀ, ਕਹਿੰਦੇ ਉਹ ਵੀ ਕਹਿੰਦੇ ਉਹ ਤਾਂ ਆਪ ਤਿਆਰ ਹੋਏ ਬੈਠੇ ਆ, ਉਹ ਵੀ ਮੈਨੂੰ ਲਾਈ ਜਾਂਦੇ, ਤੂੰ ਵੀ ਮੈਨੂੰ ਲਾਈ ਜਾਂਦਾ, ਉਹ ਕਹਿੰਦੇ ਕੱਲ੍ਹ ਨੂੰ ਨਹੀਂ ਸਾਦਰ, ਉਹ ਵੀ ਬਸ ਉਹ ਕਰੀ ਬੈਠੇ ਆ। ਠੀਕ ਹੈ ਠੀਕ ਹੈ, ਬਸ ਕੱਲ੍ਹ ਦਾ ਕਹਿ ਦਿੱਤਾ ਉਹਨਾਂ ਨੇ, ਜਿਹੜੇ ਬੰਦੇ ਬੁਲਾਉਣੇ ਆਪਦੇ ਬੁਲਾ ਲਓ, ਪਿੰਡ 'ਚ ਜਿਹਨੂੰ ਕਹਿਣਾ ਕਹਿ ਦਿਓ, ਇੱਥੇ ਕੱਲ੍ਹ ਨੂੰ ਨਿਬੇੜ ਦੇਣਾ, ਬਸ ਜਿਹੜੀ ਗੱਲ ਕੱਲ੍ਹ ਨੂੰ ਹੋਊਗੀ ਉਹੀ ਰਹੂ, ਦੁਬਾਰੇ ਗੱਲ ਨਹੀਂ ਹੁੰਦੀ, ਆਹਦਾ ਹੁਣ ਸੋਚ ਲਓ। ਹਾਂ ਵੀ ਮੁੜ ਕੇ ਮੇਰੇ ਆਏਗਾ, ਮੇਰੇ ਚਾਚਾ ਆਏਗਾ, ਮੇਰਾ ਮਾਮਾ ਆਇਆ, ਕਹਿੰਦਾ ਅੱਗੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ, ਹੁਣ ਜਿਹਨੂੰ ਸੱਦਣਾ ਕੱਲ੍ਹ ਨੂੰ ਸੱਦ ਲਓ। ਠੀਕ ਹੈ ਜੀ, ਬਾਅਦ 'ਚ ਕਰਨਗੇ, ਮੇਰਾ ਭੂਆ ਨਹੀਂ ਆਇਆ ਸੀ, ਮੇਰਾ ਫੱਫੜ ਨਹੀਂ ਆਇਆ, ਮਤਲਬ ਕਿ ਜਿਹੜੀ ਗੱਲ ਹੋ ਗਈ ਚਾਰ ਬੰਦਿਆਂ 'ਚ ਉਹੀ ਗੱਲ ਰਹਿਣੀ ਚਾਹੀਦੀ ਹੈ, ਇੱਕ ਹੀ ਗੱਲ ਬਣੀ, ਬਾਅਦ 'ਚ ਮੇਰੇ ਫੱਫੜ ਨਹੀਂ ਆਇਆ, ਕਹਿੰਦਾ ਫੱਫੜ ਨੂੰ ਤੁਸੀਂ ਹੁਣ 50 ਪੈਰ ਫੈਸਲੇ ਨਾ ਕਰੋ, ਬਾਅਦ 'ਚ ਗੱਲ ਬਣਾ ਦਿੰਦੇ ਸਾਡੇ ਰਿਸ਼ਤੇਦਾਰ ਨੇ, ਆਇਆ ਕਹਿੰਦੇ ਗੱਲਾਂ ਹੁੰਦੀਆਂ ਕੋਈ, ਦੇਖ ਲਾ ਆਪਦੇ ਆਪ ਨੂੰ ਕਿੰਨੀ ਤੇਜ਼ ਬਣਦੀ ਹੈ ਹਨਾ MLA ਜੀ। ਫਿਰ ਉਹੀ ਤਾਂ ਗੱਲ ਹੈ, ਆਪਣੇ ਤਾਂ ਲੁਕਦੀ ਸੀ, ਭਲਾ ਆਪਣੇ ਤਾਂ ਕੌਣ ਲੁਕਦਾ ਹੈਗਾ, ਆਪਾਂ ਤਾਂ ਸਾਰਾ ਕੁਝ ਜਾਣਦੇ ਹਾਂ। ਓਏ ਆਹੋ, ਮੈਨੂੰ ਤਾਂ ਸਾਰੀ ਗੱਲ ਦਾ ਪਤਾ ਹੀ ਸੀਗਾ ਯਾਰ, ਵੀ ਚੱਲ ਆਪਾਂ ਐਂ ਕਹਿੰਦੇ ਸੀ ਵੀ ਕੋਈ ਨਾ ਜਿੰਨਾ ਟਾਈਮ ਰਾਜ ਹੈ ਰਾਜ ਬਣਿਆ ਰਹਿਣ ਦੇ, ਹੈ ਅੱਗੋਂ ਆਪਾਂ ਨੂੰ ਬੋਲਦੇ ਕਹਿੰਦੇ ਕਿਸੇ ਕੋਲ ਗੱਲ ਨਾ ਕਰਿਓ, ਜੇ ਅਸੀਂ ਗੱਲ ਕਰਨੀ ਹੁੰਦੀ ਨਾ ਅਸੀਂ ਇੰਨਾ ਟਾਈਮ ਪਹਿਲੇ ਹੀ ਕਰ ਦਿੰਦੇ, ਸਾਨੂੰ ਆਹੋ ਕਦੋਂ ਦਾ ਪਤਾ ਹੈ ਵੀ ਅਸੀਂ ਤੇਰੇ ਕੋਲ ਥੋੜੀ ਆਉਂਦੇ ਸੀਗੇ ਫਿਰ। ਹਾਂ ਹਾਂ, ਮੈਨੂੰ ਤਾਂ ਨਾ ਅਮਨ ਹਈ ਪੈਸਿਆਂ ਦਾ ਗਾਉਂ, ਨਹੀਂ ਅੱਜ ਨੂੰ ਤਾਂ MLA ਦੇ ਆਪਾਂ ਕਿੱਥੇ ਮਿੰਨਤਾਂ ਕਰਦੇ ਸੀ। ਓਹੋ ਰਵੀ, ਹੋਰ ਕਾਹਦੇ ਵਾਸਤੇ ਫਿਰਦੇ ਆਪਾਂ ਨੂੰ ਪੈਸੇ ਗਾਉਣ ਤੱਕ ਹੈ, ਪੈਸਿਆਂ ਦਾ ਗਾਉਂ ਆ, ਆਪਾਂ ਨੇ ਕੀ ਕਰਵਾਉਣਾ ਤੋਂ ਰਾਣੀ ਤੋਂ, ਹੋਰ ਕੀ ਹੈਗਾ, ਆਪਾਂ ਨੂੰ ਰਾਣੀ ਤੱਕ ਹੈ ਵੀ ਕੀ ਕੰਮ, ਪਹਿਲਾਂ ਵੀ ਰਾਣੀ ਤੋਂ ਬਿਨਾ ਹੀ ਕੰਮ ਸਾਰਿਆ ਮੈਂ ਇੰਨਾ ਟਾਈਮ ਆ, ਹੈ ਫਿਰ ਉਹੀ ਜਿਹੜੇ ਤਾਂ ਗੱਲ ਤਗੜੇ ਕਾਂਡ ਕਰਤੇ ਜਦੋਂ ਉਦੋਂ ਨਹੀਂ ਆਪਾਂ ਇਹਨੂੰ ਹੁਕਰਿਆ, ਤਾਂ ਹੁਣ ਆਪਾਂ ਨੂੰ ਕੀ ਲੋੜ ਸੀ, ਮੈਨੂੰ ਤਾਂ ਐਂ ਵੀ ਪੈਸੇ ਆਉਣ ਕਿ ਨਾ ਚਾਰ, ਤੇ ਮੈਨੂੰ ਐਂ ਬਹੁਤ ਦੱਸ ਵੀਟ ਹੋ ਹੁਣ ਰਿਹਾ, ਤੈਨੂੰ ਲੱਗਦਾ ਵੀ ਆਪਾਂ ਨੂੰ ਦੇ ਦੂਗੇ ਪੈਸੇ? ਦੇ ਦੂ ਪੈਸੇ ਤਾਂ ਦਿਆਲ ਹੋਈ ਬੈਠੀ ਆ ਪੂਰੀ, ਕਿਹਾ ਤਾਂ ਮੈਂ ਵੀ ਸੀ ਵੀ ਅੱਗੋਂ ਸਾਡੇ ਤੋਂ ਵੀ ਮੰਗਦੇ ਨੇ ਹਨਾ, ਹਾਂ ਬਾਕੀ ਕਿਹਾ ਤਾਂ ਉਹਨੇ ਆਪ ਵੀ ਮੂੰਹੋਂ, ਕਹਿੰਦੀ ਕੋਈ ਗੱਲ ਨਹੀਂ ਮੈਨੂੰ ਮਿਲ ਲਿਓ, ਤੇ ਮੈਂ ਕਹਿੰਦੀ ਸੀ ਜੇ ਮੈਂ ਜਾਇਆ ਮੈਂ ਹੀ ਫੜ ਲਿਆ ਮੈਂ ਪੇਮੈਂਟ, ਜਾਂ ਫੋਨ ਤੇ ਗੱਲ ਕਰਨੀ ਪਊਗੀ, ਇਹ ਦੱਸ। ਤੂੰ ਜਾਣੀ ਮੈਨੂੰ ਤਾਂ ਕੋਈ ਚੱਕਰ ਨਹੀਂਗਾ, ਤੂੰ ਫੜ ਕੇ ਲੈਣਾ ਤੂੰ ਫੜ ਲੈ, ਪਰ ਜਾਣਾ ਤੈਨੂੰ ਮੜੇ ਸਾਵਧਾਨ ਹੋ ਕੇ ਜਾਊ। ਉਹ ਸਾਵਧਾਨ ਤੇਰੇ ਕਰਕੇ ਤੈਨੂੰ ਸਾਵਧਾਨ ਹੋਣਾ ਪਊ, ਮੇਰੇ ਚਤਰ ਨੂੰ, ਕੋਈ ਚੱਕਰ ਚਤਰ ਨਹੀਂ। ਨੂੰ ਸੱਦ ਲੈਨੇ ਆ ਮੈਂ, ਕਹਿਣਾ ਫੋਰੇ ਵੀ ਤੁਸੀਂ ਦੋਨੇ ਜਣੇ ਵਗ ਜਾਓ। ਨਹੀਂ ਨਹੀਂ ਤੂੰ ਤੂੰ ਵਗ ਜੀ ਚਤਰ ਨਾਲ। ਹਾਂ ਇਹ ਵੀ ਤੇਰੀ ਗੱਲ ਹੈ, ਠੀਕ ਹੈ ਹਨਾ, ਚਤਰ ਨਾਲ ਵਗ ਜੀ, ਚਤਰ ਨਾਲ ਮੈਂ ਕਿਵੇਂ ਜਾ ਸਕਦੀ, ਫਿਰ ਤੁਸੀਂ ਕੋਈ ਸ਼ੱਕ ਹੋਊਗਾ, ਮੈਂ ਕਹਿੰਦੀ ਕੋਈ ਮੈਂ ਇਕੱਲੀ ਨਹੀਂ, ਜਾਇਆ ਮਾ ਚਲ ਜਿਵੇਂ ਤੈਨੂੰ ਲੋਟ ਲੱਗਦਾ ਉਵੇਂ ਕਰ ਲਾ, ਬਾਕੀ ਕੋਈ ਗੱਲ ਨਹੀਂ ਆਪਾਂ ਇੱਕ ਵਾਰ ਚਤਰ ਦੀ ਚਤਰ, ਸਲਾਹ ਨਹੀਂ ਨਹੀਂ ਉਹਨੂੰ ਗੱਲ ਹੀ ਨਾ ਕਰ ਫਿਰ ਉਹਦੇ ਕੋਲੇ, ਸਹੀ ਗੱਲ
ਕਿੱਥੇ ਸਾਰੀ ਆਪਣੇ ਕੋਲੇ ਆ, ਮੈਂ ਹੀ ਜਾ ਕੇ ਆਉਂਗੀ ਫਿਰ, ਠੀਕ ਹੈ, ਬਾਕੀ ਆਪਾਂ ਗੱਲ ਕਰ ਲਾਂਗੇ, ਜੇ ਉਹਨੇ ਕਿਹਾ ਵੀ ਰਵੀ ਨੂੰ ਭੇਜ ਤਾਂ ਤੁਸੀਂ ਭੱਗ ਜਾਓ, ਨਹੀਂ ਫਿਰ ਮੈਂ ਜਾ ਆਉਂਗੀ। ਕੋਈ ਨਾ, ਆਪਾਂ ਫੋਨ ਤੇ ਗੱਲ ਕਰ ਲਾਂਗੇ। ਤੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਗਾਹਾਂ ਕਿਵੇਂ ਆਪਾਂ ਕੁਛ ਕਰੀਏ, ਮੈਨੂੰ ਆਪ ਨੂੰ ਸਮਝ ਨਹੀਂ ਆਉਂਦੀ। ਸੁਪਨੇ ਦੇਖ ਲੈ ਕਿੱਡੇ ਕਿੱਡੇ ਦੇਖਦੇ, ਕਹਿੰਦੀ ਮੈਂ ਤਾਂ ਸਰਪੰਚ ਨਾਲ ਵਿਆਹ ਕਰਵਾਉਣਾ ਸੀ। ਆਹੋ, ਤੇਰੇ ਨਹੀਂ ਕਰਾਉ ਤਾਂ ਹੁਣ ਵੀ ਇੰਨਾ ਟਾਈਮ ਉਹ ਖੜੇ ਹੀ ਆ ਹਜੇ, ਉਹ ਤਾਂ ਇੱਕ ਹੋਰ ਲਿਆ, ਉਹ ਵੀ ਦੁਬਾਰੇ ਫਿਰ ਪੁਲਿਸ ਵਾਲੀ। ਅੱਛਾ, ਆਹੋ ਤਾਂ ਗੱਲ ਹੈ, ਹਜੇ ਕਹਿੰਦੀ ਮੈਂ ਵਿਆਹ ਕਰਵਾਉਣਾ ਸੀ। ਸੁਪਨੇ ਤਾਂ ਬਹੁਤ ਵੱਡੇ ਦੇਖਦੀ ਆ ਨਾ, ਪਰ ਇਹ ਤਾਂ ਪੂਰੇ ਨਹੀਂ ਹੁੰਦੇ ਇਹਦੇ ਸੁਪਨੇ, ਦਿਲ ਚ ਬੇਈਮਾਨੀ ਰੱਖਦੇ ਯਾਰ। ਹੁਣ ਆਪਾਂ ਉਹਦੇ ਮੇਨ ਬੰਦੇ ਆ, ਆਪਾਂ ਨੂੰ ਕਹੀ ਜਾਂਦੀ ਆ, ਆਪਾਂ ਨੂੰ ਕਹੀ ਜਾਂਦੀ ਆ, ਸਹੀ ਗੱਲ ਹੈ, ਤੁਸੀਂ ਮੇਰੀ ਗੱਲ ਨਾ ਕਰਦੇ ਆਏ ਵੀ ਆਪਦੇ ਦੀ ਭਰੋਸਾ ਨਹੀਂ, ਫੇਰ ਕਿਤੇ ਮੇਰੀ ਗੱਲ ਸੁਣ, ਤੂੰ ਇਹਦੀਆਂ ਗੱਲਾਂ ਚ ਆਈ ਵੀ ਨਾ, ਆਪਾਂ ਤਾਂ ਪੈਸੇ ਤੱਕ ਗਾਵਾਂ, ਬਸ ਪੈਸੇ ਤੱਕ ਮਤਲਬ ਹੈ, ਆਪਾਂ ਨਹੀਂ ਉਹਦਾ ਕੰਮ ਇੰਨਾ ਕਰਦੇ, ਜਦੋਂ ਆਪਣੇ ਨਾਲ ਤਾਂ ਖੜਦੀ ਨਹੀਂ ਹੈਗੀ, ਜਦੋਂ ਆਪਾਂ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ ਪੂਰੇ ਤਾਂ ਦਿੰਦੀ ਨਹੀਂ, ਕਹਿੰਦੇ ਬਾਅਦ ਚ ਦੇ ਦੂੰ, ਫਿਰ ਬਾਅਦ ਚ ਕਹਿੰਦੇ ਮੁੱਕਰ ਜਾਂਦੀ ਹੈ। ਪੈਸਿਆਂ ਬਿਨਾ ਗੱਡੀ ਨੀ ਨਾ ਚੱਲਦੀ ਅੱਜ ਕੱਲ, ਫਿਰ ਉਹੀ ਤਾਂ ਗੱਲ ਆ। ਹੁਣ ਕਰਮਜੀਤ ਤਾਂ ਮੈਨੂੰ ਕਹੀ ਜਾਂਦਾ ਫੋਨ ਤੇ, ਪੇਮੈਂਟ ਦੇ ਪੇਮੈਂਟ ਦੇ, ਦੱਸ ਮੈਂ ਕਿੱਥੋਂ ਦੇਵਾਂ ਹੁਣ, ਜੇ ਅੱਗੋਂ ਮੈਡਮ ਮੈਨੂੰ ਦੇਊਗੀ ਫਿਰ ਹੀ ਦੇਊਂਗੀ ਕਰਮਜੀਤ ਨੂੰ ਪੈਸੇ। ਅਗਲਾ ਵੀ ਰਵੀ ਕੀ ਕਰੇ, ਪੈਸੇ ਨਾਲ ਹੀ ਕੰਮ ਹੁੰਦਾ, ਪੈਸੇ ਉਹਨੂੰ ਦੇ ਦਿੰਦੇ ਕੇਰਾਂ, ਸਭ ਦੇ ਕੇਰਾਂ ਮੂੰਹ ਬੰਦ ਕਰ ਦਾਂਗੇ, 50,000 20,000 ਰੁਪਏ ਕੇਰਾਂ ਸਾਰਿਆਂ ਨੂੰ ਦੇ ਕੇ ਇਹਨਾਂ ਨੂੰ, ਬਾਕੀ ਆਪਾਂ ਆਪਦੇ ਕੋਲੇ ਰੱਖ ਲਾਂਗੇ, ਆਪਾਂ ਕਿਤੇ ਹੋਰ ਘਰ ਵਰ ਲੈਨੇ ਆ ਯਾਰ ਆਪਦਾ, ਇੱਥੇ ਕਿੱਥੇ ਡਰ ਡਰ ਕੇ ਰਹਾਂਗੇ। ਸਹੀ ਗੱਲ ਹੈ, ਸਮਾਨ ਸਮੂਨ ਵੀ ਸਭ ਕੁਛ ਐਂ ਵਿੱਚ ਹੀ ਛੱਡ ਜਾਵਾਂਗੇ, ਇੱਥੇ ਵੇਚ ਦਿੰਦੇ ਕਿਸੇ ਨੂੰ, ਤੇ ਉੱਥੇ ਆਪਦਾ ਕਿਤੇ ਨਵਾਂ ਲੈ ਲਾਂਗੇ, ਨਵਾਂ ਸਾਰਾ ਫਰਨੀਚਰ ਲੈਣਾ। ਰਵੀ ਆ ਸਮਾਨ ਤਾਂ ਅੱਧਾ ਆਪਾਂ ਹੁਣ ਲਿਆਗਾ ਨਵਾਂ, ਤੇ ਫਿਰ ਇਹ ਵੇਚ ਦਾਂਗੇ ਬਸ, ਫਿਰ ਨਵਾਂ ਹੀ ਲੈ ਲਾਂਗੇ। ਹੁਣ ਆਪਣਾ ਇਧਰੋਂ ਹੱਲ ਹੋਣਾ ਚਾਹੀਦਾ, ਫਿਰ ਤਾਂ ਕੋਈ ਚੱਕਰ ਨਹੀਂ। ਓਏ ਅਮਨ, ਇੱਥੋਂ ਹੁਣ ਆਪਾਂ ਚੱਕ ਕੇ ਵੀ ਨਹੀਂ ਇਹਨਾਂ ਨੂੰ ਲਿਆ ਸਕਦੇ, ਉਹ ਤਾਂ ਤੇਰੀ ਗੱਲ ਠੀਕ ਹੈ ਰਵੀ, ਕੀ ਪਤਾ ਪੁਲਿਸ ਦਾ ਕਿੱਥੋਂ ਫੜ ਲੇ, ਵਿੱਚੀ ਸਮਾਨ ਜਾਊ, ਵਿੱਚੀ ਆਪਾਂ ਜਾਵਾਂਗੇ ਫਿਰ, ਉਹੀ ਸਮਾਨ ਬਚਾਉਂਦੇ ਬਚਾਉਂਦੇ। ਚੱਲ ਤੁਸੀਂ ਮੇਰੀ ਗੱਲ ਸੁਣੋ, ਫੋਨ ਲਾ ਕੇ ਪੁੱਛ ਹੀ ਲੈ ਰਾਣੀ ਨੂੰ। ਮੈਂ ਨਹੀਂ ਯਾਰ ਉਹਨੂੰ ਫੋਨ ਲਾਉਂਦਾ, ਤੂੰ ਲਾ ਲਾ। ਚੱਲ ਮੈਂ ਆਪਦੇ ਵਾਲੇ ਤੋਂ ਕਰ ਲੂੰ, ਮੈਂ ਚਾਰਜ ਲਾ ਰੱਖਿਆਗਾ। ਨਹੀਂ ਮੈਨੂੰ ਚਾਹ ਬਣਾ ਦੇ ਯਾਰ ਕੁੱਟ, ਮੇਰੇ ਨਾਲ ਸਰੀਰ ਯਾਰ। ਚਾਹ ਤਾਂ ਮੈਂ ਬਣਾ ਦਿੰਦੀ, ਮੈਂ ਰਾਣੀ ਨੂੰ ਪਹਿਲਾਂ ਪੁੱਛ ਲਾ ਫੋਨ ਕਰਕੇ, ਪੁੱਛ ਲੈਣੀ ਆ, ਮੈਨੂੰ ਤਾਂ ਉਗਲਾ ਸੁਬਲੀ ਚ ਲੱਗੀ ਪਈ, ਮੈਂ ਕਰ ਹੀ ਲੈਣੀ ਆ ਗੱਲ, ਜਾ ਪੁੱਛ ਲਾ। ਲੈ ਚਲ, ਡੈਡੀ ਜੋ ਸੁੱਤੇ ਪਏ ਨੇ, ਡੈਡੀ ਨੂੰ ਦਿਖਾਵਾਂ ਵੀ ਮੈਂ ਆਹ ਡਰੈਸ ਲੈ ਕੇ ਆਈ ਆ। ਡੈਡੀ ਜੀ, ਹਾਂ ਪੁੱਤ, ਕੀ ਹੋ ਗਿਆ? ਕੁਛ ਨਹੀਂ, ਮੈਂ ਤਾਂ ਉਹ ਪੈ ਗਿਆ ਸੀਗਾ। ਇੱਦਾਂ ਕਾਹ ਤੋਂ ਪਿਓ ਤੁਸੀਂ? ਨਾ ਨਾ, ਇਕੱਲੇ ਹੋਏ, ਮੈਂ ਕੀ ਕਰਨਾ ਸੀਗਾ, ਮੈਂ ਪੈ ਗਿਆ ਬਸ। ਆ ਤੂੰ ਦੱਸ ਪੁੱਤ, ਹਾਂ ਆ ਦੇਖੋ ਕਿਹੋ ਜਿਹੀ ਲੱਗਦੀ ਹੈ। ਠੀਕ ਹੈ ਪੁੱਤ, ਬਸ ਤੁਹਾਨੂੰ ਵਧੀਆ ਲੱਗਣੀ ਚਾਹੀਦੀ ਆ। ਬਸ ਠੀਕ ਹੈ, ਲਾਹੌਰ ਹਣ ਸੋਹਣੀ ਲੱਗਦੀ ਹੈ। ਮੈਂ ਹਾਂ ਆ ਕੇ ਬਸ ਠੀਕ ਹੈ, ਕਮਾਲ ਹੈ, ਧੀ ਪੁੱਤ ਨੂੰ ਵਧੀਆ ਲੱਗਣੀ ਚਾਹੀਦੀ ਹੈ। ਜੇ ਮੈਂ ਕਹਿੰਦੇ ਮੈਨੂੰ ਵਧੀਆ ਲੱਗਦੀ, ਤੈਨੂੰ ਵਧੀਆ ਲੱਗਦੀ ਨਾ ਪਾਇਆ ਇਸ। ਤੁਸੀਂ ਅੰਦਰੋਂ ਜੇ ਨਹੀਂ ਕਿਹਾ ਹੈਗਾ, ਜੇ ਫੀਲ ਨਹੀਂ ਹੋਉਂਦੀ ਨਾ ਵੀ ਆਉਂਦੇ ਫੀਲ ਫੀਲ ਹੋਣੀ ਆ, ਲੱਗਦੀ ਹੈ ਮੇਰੀ ਕੁੜੀ ਕਿੰਨੀ ਸੋਹਣੀ ਲੱਗਦੀ, ਤੁਸੀਂ ਉਹਵੇਂ ਕਿਹਾ ਹੀ ਨਹੀਂ, ਫੀਲ ਹੋਣੀ ਹੈ ਨਾ। ਹਾਂ ਪੁੱਤ, ਆਹ ਲੈਂਦੇ ਤੂੰ ਗੱਲ, ਵਾਹ ਕਿਆ ਬਾਤ ਹੈ, ਕਿਆ ਬਾਤ ਹੈ, ਸਾਲਾ ਮੈਨੂੰ ਲੱਗਦਾ ਸਾਰਾ ਦੁਕਾਨ ਸਿਰ ਆ ਲਈ ਆ। ਇਹ ਤਾਂ ਓਵਰ ਐਕਟਿੰਗ ਹੋ ਰਹੀ ਆ, ਰਹਿਣ ਦੋ ਹੁਣ ਤੁਸੀਂ। ਉਹ ਪਹਿਲਾਂ ਜਿਹੜੀ ਤੁਸੀਂ ਓਰੀਜਨਲ ਤਾਰੀਫ ਕੀਤੀ ਸੀ ਉਹ ਠੀਕ ਹੈ, ਮੰਮੀ ਦਵਾ ਕੇ ਲਿਆਏ ਸੀ ਮੈਨੂੰ ਕੱਪੜੇ, ਕੱਲ ਸ਼ਾਪਿੰਗ ਤੇ ਗਏ ਸੀ। ਚੱਲ ਪੁੱਤ, ਤੁਸੀਂ ਪਾਉਣੇ ਆ, ਤੁਹਾਨੂੰ ਵਧੀਆ ਲੱਗਣੇ ਚਾਹੀਦੇ, ਮੇਰੇ ਨਾਲ ਕੀ ਆ, ਜੇ ਮੈਂ ਕਹਿ ਦੂੰ ਆ ਨਹੀਂ, ਤੈਨੂੰ ਪਸੰਦ ਆ ਨਾ, ਬਸ ਵੱਡੀ ਗੱਲ ਤੇ ਹੈ, ਤੂੰ ਪਾਉਣੇ ਤੈਨੂੰ ਪਸੰਦ ਚਾਹੀਦੇ ਆ। ਚਿੱਟੇ ਦੂਜੇ ਘਰੇ ਬਸ ਜਿਹੜਾ ਪਾਉਣੇ ਸ਼ਾਮ ਨੂੰ, ਉਹ ਹੈਗੇ 5-6 ਮੇਰੇ ਕੋਲੇ, ਬਸ ਨਹੀਂ ਦੇਣੇ ਚਿੱਟੇ, ਹੁਣ ਸ਼ਾਮ ਨੂੰ ਜਦੋਂ ਨਹਾਉਣੇ ਆ ਉਹ ਲਾ ਦੇਣਾ ਤੜਕੇ, ਫਿਰ ਚਿੱਟੇ ਬਸ। ਅੱਛਾ, ਉਹ ਮੈਂ ਕਹਿੰਦੀ ਸੀ ਟਾਈਮ ਇੰਨਾ ਹੋ ਗਿਆ, ਤੁਸੀਂ ਹਾਲ ਤੱਕ ਸੁੱਤੇ ਹੀ ਪਏ ਹੋ। ਉਹ ਸੁੱਤੇ ਨਹੀਂ ਪਏ, ਮੈਂ ਕਿਸੇ ਕੰਮ ਤੇ ਬਾਹਰ ਜਾਣਾ ਸੀ ਅੱਜ, ਅਸੀਂ
ਤੇ ਉਧਰੋਂ ਕੈਨਸਲ ਹੋ ਗਿਆ। ਫਿਰ ਮੈਂ ਕਿਹਾ ਪੈ ਗਿਆ ਹੁਣ 12 ਵਜੇ ਜਾਣਾ ਗਾ, 12 ਵਜੇ ਤੱਕ ਆਪਾਂ ਕੀ ਕਰਾਂਗੇ ਉੱਠ ਕੇ? ਡੈਡੀ ਫਿਰ ਮੇਰੇ ਕੋਲ ਆ ਜਾ ਕਰੋ ਨਾ, ਉਧਰ ਕਮਰੇ 'ਚ ਮੇਰੇ ਕੋਲ ਤੁਸੀਂ ਆਉਂਦੇ ਹੀ ਨਹੀਂ ਹੈਗੇ, ਇੱਥੇ ਹੀ ਬੜੇ ਰਹਿੰਦੇ ਹੋ। ਲੈ ਪੁੱਤਾ ਉਹ ਮੈਨੂੰ ਐਂ ਹੁੰਦਾ ਚੱਲ ਮੈਂ ਉਹਨੂੰ ਪਈ ਆ ਪਈ ਰਹਿਣ ਤੇ, ਮੈਂ ਜਦੋਂ ਫ੍ਰੀ ਹੋ ਗਈ ਆਪ ਹੀ ਆ ਜਾਊਗੀ। ਹੁਣ ਮੈਂ ਪਈ ਥੋੜ੍ਹੀ ਰਹੂੰਗੀ ਸਾਰਾ ਦਿਨ। ਲੈ ਪੁੱਤਾ ਤੂੰ ਆ ਜਾਏਗਾ ਫਿਰ ਕੀ ਹੁੰਦਾ? ਚਾਹ ਪਾਣੀ ਪੀ ਲਿਆ ਸੀ? ਹਾਂ ਚਾਹ ਪਾਣੀ ਪੀ ਲਿਆ ਸੀ। ਠੀਕ ਆ, ਤੇ ਅੱਜ ਨਾਨੀ ਕਿੱਥੇ ਆ? ਨਾਨੀ ਨਹੀਂ ਮੈਨੂੰ ਦਿਖੀ ਹੈਗੀ। ਨਾਨੀ ਅੱਜ ਇਹਨਾਂ ਦੇ ਭੋਗ ਤੇ ਗਈ ਹੈ ਚਤਰੇ ਕੇ। ਕਿਹਦੇ? ਚਤਰੇ ਕੇ। ਚਤਰਾ ਕੌਣ ਆ? ਤੈਨੂੰ ਉਹ ਵੀ ਦੱਸਣਾ ਪਊਗਾ। ਦੱਸੋ ਫਿਰ, ਹੱਸ ਕਾਹਤੋਂ ਰਹੇ ਹੋ? ਹੱਸ ਤਾਂ ਰਹੇ ਹਾਂ, ਤੈਨੂੰ ਪਤਾ ਪੈ ਗਿਆ ਨਾਮ ਇਹਨਾਂ ਅਜੀਬ ਜਿਹਾ ਲਿਆ ਚਤਰਾ, ਇਹ ਵੀ ਕੋਈ ਨਾਮ ਹੁੰਦਾ? ਉਹ ਨਾਨੀ ਉਹ ਨਾ ਆਪਣੇ ਚਤਰੇ ਕੇ ਵੱਜਦੇ ਨੇ ਇੱਥੇ ਆਪਣੇ ਪਿੰਡ ਵੱਜਦੇ, ਇੱਕ ਤਾਂ ਨੱਤਰੋ ਕੇ ਵੱਜਦੇ, ਇੱਕ ਚਤਰੇ ਕੇ ਦੋ ਬੰਦੇ ਮਸ਼ਹੂਰ ਆ। ਕੀ ਇੱਕ ਕੀ ਕਿਹਾ? ਇੱਕ ਨੱਤਰੋ ਕੇ। ਤੱਤਰੋ? ਨੱਤਰੋ ਕੇ ਇਹ ਕਹਾਵਤ ਪੈਂਦੀ ਪੁੱਤ, ਇੱਕ ਹੁਣ ਆਪਣੇ ਜਿਵੇਂ ਜਮਾਰੀ ਕੇ ਮਸ਼ਹੂਰ ਆ। ਹਾਏ ਡੈਡੀ, ਜਿਹੜਾ ਵੱਡਾ ਘਰ ਹੁੰਦਾ ਉਹਨਾਂ ਕੋਲ 100 ਕਿੱਲਾ ਜ਼ਮੀਨ ਦਾ ਜਮਾਰੀ ਕਾ ਲਾਣਾ ਵੱਜਦਾ, ਉਹ ਮਸ਼ਹੂਰ ਹੁੰਦਾ। ਜੇ ਅੱਲ ਜੀ ਪੈਂਦੀ ਹੁੰਦੀ ਜਿਵੇਂ ਆਪਾਂ ਨੂੰ ਦੰਦੀ ਵਾਲ ਕਹਿੰਦੇ ਆ, ਦੰਦੀ ਵਾਲ ਇਹ ਚੀਜ਼ ਹੁੰਦੀ ਹੁੰਦੀ, ਹੋਰ ਨਹੀਂ ਗੱਲ, ਇਹ ਪਿੱਛੇ ਲੱਚੀ ਜਿਹੀ ਲੱਗਦੀ ਹੁੰਦੀ ਕੋਈ, ਉਹ ਬੰਦਾ ਨਾ ਬਸ ਉਹ ਚੀਜ਼ ਤੇ ਨਾ ਚੱਲ ਪੈਂਦਾ, ਅਗਲਾ ਖੇੜੇ ਫਰਾਨੇ ਦਾ ਤੁਰੋ ਕੇ ਚਤਰੇ ਕੇ ਚੀਜ਼ ਹੁੰਦੀ, ਹੋਰ ਨਹੀਂ ਕੋਈ। ਦਾਦੀ ਨਾਲ ਗਈ ਆ? ਨਾਲ ਉਹਨਾਂ ਦੇ ਵਿੱਚ ਭੋਗ ਤੇ ਗਏ ਆ। ਦਾਦੀ ਵੀ ਨਾਲ ਚੱਲ ਗਏ? ਨਾਲ ਜਾਣਾ ਪੈਂਦਾ ਪੁੱਤ, ਮੈਨੂੰ ਵੀ ਲੈ ਜਾਂਦੇ, ਮੈਂ ਘਰੇ ਕੀ ਕਰਨਾ ਸੀਗਾ? ਭੋਗ ਤਾਂ ਉੱਥੇ ਮਰਗਦਾ ਗਾ, ਤੂੰ ਉੱਥੇ ਨਾਲ ਆ ਕੀ ਕਰਨੇ ਕੁੜੀਆਂ ਨੇ ਜਾ ਕੇ, ਜੇ ਖੁਸ਼ੀ ਦਾ ਹੁੰਦਾ ਚਲ ਹੁੰਦਾ ਨਾਲ ਭੇਜ ਦਿੰਦੇ ਜਾਏ ਆਉਂਦੀ। ਅੱਛਾ, ਪਰ ਇੱਕ ਵਜੇ ਪਊਗਾ, 3 ਵੱਜ ਜਾਣਗੇ ਆਉਂਦੀ ਨੂੰ, ਤੇ ਫਿਰ ਖਾਣ ਪੀਣ ਨੂੰ ਤਾਂ ਉੱਥੇ ਵੀ ਹੋਊਗਾ। ਓਏ ਰੱਬਾ, ਖਾਣ ਪੀਣ ਨੂੰ ਤੂੰ ਕਾਹਨੂੰ ਕੁਝ ਖਾਂਦੀ ਆ? ਕੀ ਲਿਆਉਣਾ ਇੱਥੇ, ਘਰੇ ਮੰਗਵਾ ਦੇਣਾ, ਫੋਨ ਲਾਉਣ ਤੇ ਦੇਰ ਹੈ। ਮੈਂ ਤਾਂ ਉਦਾਂ ਕਹਿੰਦੀ ਆ ਡੈਡੀ, ਜਦੋਂ ਨਾਲ ਬੰਦਾ ਖਾ ਪੀ ਆਉਂਦਾ ਨਾਲੇ ਗੇੜਾ ਵੱਡੇ ਹੁੰਦੇ। ਨਹੀਂ ਪੁੱਤਾ, ਮਰਗ ਤੇ ਕੀ ਖਾਣ ਪੀਣ ਹੁੰਦਾ, ਤੂੰ ਇਹ ਗਈ ਨਹੀਂ ਪਹਿਲਾਂ, ਤੂੰ ਇਹ ਸਿਸਟਮ ਹੀ ਨਹੀਂ ਦੇਖਿਆ ਜੀ। ਦੇਖਿਆ ਨਹੀਂ ਨਾ, ਮੈਂ ਤਾਂ ਹੀ ਕਹਿ ਰਹੀ, ਮੈਂ ਤਾਂ ਖੁਸ਼ੀ ਦਾ ਭੋਗ ਦੇਖਿਆ ਸੀ ਇੱਕ ਵਾਰੀ, ਯਾਦ ਆ ਜਦੋਂ ਆਪਾਂ ਘਰੇ ਖੰਡ ਪਾਠ ਕਰਵਾਇਆ ਸੀਗਾ, ਉਦੋਂ ਕਿੰਨਾ ਕੁਝ ਖਾਣ ਪੀਣ ਨੂੰ ਬਣਿਆ ਸੀ ਘਰੇ। ਉਹ ਤਾਂ ਡੋਡੀ ਜਿਹੇ ਜਿਹਾ ਬੰਦਾ ਕਰਾਉਂਦਾ, ਜਿਹੇ ਜਿਹੇ ਬੰਦੇ ਦੀ ਸਰਦਾ ਹੁੰਦੀ ਹੈ, ਉਹ ਜਿਹਾ ਕਰਾ ਲੈਂਦਾ ਹੁੰਦਾ, ਠੀਕ ਹੈ? ਕਿਸੇ 'ਚ ਜ਼ਿਆਦਾ ਹੁੰਦੀ ਆ, ਉਹ ਜ਼ਿਆਦਾ ਖਰਚਾ ਕਰ ਲੈਂਦਾ, ਕਿਸੇ 'ਚ ਉਹ ਹੁੰਦਾ ਪਰਮਾਤਮਾ ਦੀ ਮਹਾਰਾਜ ਦੀ ਸਵਾਰੀ, ਗੁਰੂ ਮਹਾਰਾਜ ਦਰਸ਼ਨ ਕਰਨੇ ਦੇ ਘਰੇ ਲਿਆਉਂਦਾ ਗਾ, ਕੱਲੀ ਦੇਗ ਵੀ ਬਣ ਦਿੰਦੇ ਆ, ਆਪਾਂ ਕੋਈ ਖਾਣ ਉਹਦੇ ਬਾਰੇ ਨਹੀਂ ਜਾਣਾ ਹੁੰਦਾ, ਆਪਾਂ ਤਾਂ ਭੈਣ ਭਾਈ ਦੇ ਉਹ ਜਾਣਾ ਹੁੰਦਾ ਇੱਕ, ਜਦੋਂ ਬੰਦਾ ਬੁਲਾਰੇ, ਜੇ ਅਗਲਾ ਦੇਗਾ ਦੇਗ ਲੈ ਕੇ ਆ ਜੇ, ਆਪਾਂ ਜੇ ਖਾਣ ਪੀਣ ਪਿੱਛੇ ਚੱਲ ਪਏ ਫਿਰ ਨਹੀਂ ਹੁੰਦਾ, ਉਹਦੇ ਇੰਨਾ ਗਾ ਉਹਦੇ ਇੰਨਾ ਗਾ, ਠੀਕ ਆ? ਪੁੱਤ ਪਤਾ ਨਹੀਂ ਇਹਨੂੰ ਮਨੂ ਕੋਲ ਬੈਠਾ ਗਾ, ਫਿਰ ਇਹਨੂੰ ਦੱਸ ਦਿਓ, ਕਹਿ ਦਿਓ। ਹਾਂ, ਕਹੀ ਤਾਂ ਮੈਂ ਟੂਣ ਹੀ ਬੰਦ ਕਰ ਦਿੰਦਾ, ਨਹੀਂ 20 ਵਜੇ ਕਿਹਾ ਭਾਈ ਜਦੋਂ ਮੇਰੀ ਕੁੜੀ ਬੈਠੀ ਹੁੰਦੀ ਉਦੋਂ ਨਾ ਵੱਜਿਆ ਕਰ, ਨਾ ਵੱਜਿਆ ਕਰ, ਮੇਰੀ ਸਮਝ ਤਾਂ ਨਹੀਂ, ਮੈਂ ਦੱਸਿਆ ਤਾਂ ਇਹਦਾ ਟਾਈਮ ਨੇੜੇ ਆਇਆ ਪਿਆ, ਬਸ ਇਹਦੀ ਡੇਟ ਲੰਘਣ ਵਾਲੀ ਹੈ, ਬਸ ਐਕਸਪਾਇਰ ਹੋਊਗਾ ਥੋੜੇ ਟਾਈਮ ਹੋਊਗਾ। ਤੇ ਡੈਡੀ ਮੈਂ ਤੁਹਾਨੂੰ ਇਹ ਕਹਿਣਾ ਸੀਗਾ ਵੀ ਆਪਾਂ ਨਾ ਘਰ 'ਚ ਕੋਈ ਪਾਠ ਪੂਠ ਨਾ ਕਰਵਾ ਲਈਏ ਸ਼ਾਂਤੀ ਲਈ, ਵੀ ਪਹਿਲਾਂ ਵਾਲੀਆਂ ਚੀਜ਼ਾਂ ਜਿਹੜਾ ਕੁਛ ਹੋਇਆ ਬਸ ਠੀਕ ਹੈ ਹੋ ਗਿਆ। ਵੀ ਮੇਰੇ ਡੈਡੀ ਪਤਾ ਨਹੀਂ ਮਨ 'ਚ ਨਾ ਇੱਕ ਡਰ ਜਿਹਾ ਬੈਠਿਆ ਹੋਇਆ, ਮੈਨੂੰ ਹੁਣ ਸਮਝ ਨਹੀਂ ਆ ਰਹੀ ਉਹ ਗੱਲ, ਮੈਂ ਤੁਹਾਨੂੰ ਕਿਵੇਂ ਦੱਸਾਂ? ਕੋਈ ਗੱਲ ਨਹੀਂ ਪੁੱਤ, ਜੇ ਕਰਾਉਣੀ ਹੈ ਨਾ, ਮੇਰਾ ਐਂ ਰਾਤਾ ਸੀ ਆਪਾਂ ਨਾ ਸਮਟ ਪਾਠ ਕਰਾਵਾਂਗੇ। ਕਿਹੜਾ? ਇੱਕ ਸਮਟ ਪਾਠ ਹੁੰਦਾ, ਉਹਦਾ ਮਤਲਬ ਇਹ ਹੁੰਦਾ ਜਿਹੜਾ ਬਈ ਬੰਦਾ ਸਮਟ ਪਾਠ ਕਰੂਗਾ ਉਨੇ ਦਿਨ ਉਹਨੂੰ ਆਪਣੇ ਘਰੇ ਰੁਕਣਾ ਪਊਗਾ, ਬਾਹਰ ਨਹੀਂ ਜਾ ਸਕਦਾ ਆਪਣੇ ਘਰੋਂ। ਸਮਟ ਪਾਠ? ਹਾਂ, ਉਹ 3 ਜਾਣੇ ਹੋਣਗੇ ਜਾਂ 4 ਹੋਣਗੇ, ਪਤਾ ਲੱਗ ਜੂਗਾ, ਉਹ ਇੱਥੇ ਰੁਕਣਗੇ ਉਹਨਾਂ ਦਿਨਾਂ, ਬਾਹਰ ਨਹੀਂ ਜਾਦੇ, ਕੇਸੀ ਇਸ਼ਨਾਨ ਕਰਕੇ ਘਰੇ ਬੈਠ ਕੇ ਹੁੰਦਾ ਉਹ ਪਾਠ, ਜਿਵੇਂ ਆਪਾਂ ਦੂਜਾ ਕਰਾਉਣਾ ਸਧਾਰਨ ਪਾਠ ਕਰਾਉਣੇ ਆ, ਜੇ ਖੰਡ ਪਾਠ ਕਰਾਉਣੇ ਆ, ਬੰਦਾ ਕਿਤੇ ਮਰਜ਼ੀ ਵਗ ਜੇ ਕੋਈ ਚੱਕਰ ਨਹੀਂ, ਉਹ ਪਾਠ ਤੇ ਨਹੀਂ ਜਾ ਸਕਦੇ। ਉਹ ਮੈਨੂੰ ਮੇਰੇ ਜ਼ਿਆਦਾ ਮੇਰੇ ਬਾਪੂ ਨੂੰ ਕਿਹੜਾ ਕਰਾਇਆ ਸੀਗਾ, ਮੈਂ ਇਹ ਕਿਵੇਂ ਕਰਾਉਣਾ, ਕਹਿੰਦਾ ਇਹ ਪਾਠ ਕਰਾਉਣ ਤੇ ਉਹਦੇ 'ਚ ਬਹੁਤ ਫਰਕ ਆ, ਉਹ ਬੰਦਾ ਕੇਸੀ ਇਸ਼ਨਾਨ ਕਰੂਗਾ ਤਾਂ ਆਪਣੇ ਘਰੇ ਰਹੂ, ਆਪਣੇ ਪਿੰਡ ਤੋਂ ਜੇ ਐਮਰਜੈਂਸੀ ਵੀ ਪੈ ਜੇ, ਮੰਨ ਕੇ ਚੱਲ ਜੇ ਬਾਹਲੀ ਵੀ ਐਮਰਜੈਂਸੀ ਪੈਂਦੀ ਆ, ਆਪਣੇ ਪਿੰਡ ਦੀ ਜੂਹ ਤੋਂ ਬੰਦਾ ਬਾਹਰ ਨਹੀਂ ਜਾ ਸਕਦਾ, ਤੇ ਅਸਰ ਤਾਂ ਪਾਠ ਹੋ ਇਹੀ ਮੰਨੇ ਆਪਣੇ ਘਰੇ ਘਰੇ ਰਹੇ, ਜੇ ਬਾਹਲੀ ਐਮਰਜੈਂਸੀ ਪੈਂਦੀ ਆ ਤਾਂ ਵੀ ਆਪਣੇ ਪਿੰਡ ਤੋਂ ਬਾਹਰ ਜੂਹ ਤੋਂ ਬਾਹਰ ਨਹੀਂ ਜਾ ਸਕਦਾ ਬੰਦਾ, ਉਨੇ ਦਿਨ ਉਹਨੂੰ ਆਪਣੇ ਘਰੇ ਰੁਕਣਾ, ਉਹਨੂੰ ਸਮਟ ਪਾਠ ਕਹਿੰਦੇ ਆ।
ਉਹ ਸੰਪ ਲਾ ਕੇ ਪੜਿਆ ਜਾਂਦਾ ਗਾ, ਜਿਵੇਂ ਆਪਾਂ ਨੀ ਪੜ੍ਹਦੇ ਬਾਣੀ ਚ ਪੜ੍ਹਦੇ ਹਾਂ, ਜਦੋਂ ਦੂਜੀ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਧ ਆਪ ਸੰਭਾਲ ਲਈ, ਹੱਥ ਤੇ ਰੱਖ ਕੇ ਆਪਣੇ ਕੋ ਘਰ ਘਰ ਪ੍ਰਾਪਤ ਸਾਲੇ, ਇਹ ਸੰਪਟ ਆ ਗਿਆ। ਇਹ ਸੰਪਟ ਉਹ ਪਾਠ ਤੇ ਲੱਗ ਕੇ ਫਿਰ ਉਹ ਹੁੰਦਾ ਗਾ, ਇਹ ਸੰਪਟ ਲੱਗ ਕੇ ਹੁੰਦੇ ਹੋ, ਕੋਈ ਸੰਪਟ ਮਰਜ਼ੀ ਲਾ ਲਾ ਉਹਦੇ ਤੇ, ਉਹ ਕਹਿ ਦਿੰਦੇ ਹੁੰਦਾ ਤਾਂ ਉਹ ਵੀ ਸੁੱਖ ਸ਼ਾਂਤੀ ਲਈ, ਸੁੱਖ ਸ਼ਾਂਤੀ ਲੈ ਲਈ ਜੋ ਆਪਾਂ ਕਰਾਉਣੀ ਹੈ, ਬਸ ਉਹ ਤੇ ਖਰਚਾ ਵੱਧਾ ਹੋਊ, ਆਪਾਂ ਉਹ ਕਰਵਾ, ਆਪਾਂ ਨੂੰ ਕੀ ਚੱਕਰ ਹੈ, ਆਪਾਂ ਖਰਚੇ ਮਗਰ ਥੋੜ੍ਹੀ ਜਾਣਾ, ਜੋ ਸੁੱਖ ਸ਼ਾਂਤੀ ਵਾਸਤੇ ਕਰਾਉਣਾ ਹੈ। ਅਸਲ ਤਾਂ ਪੁੱਤਾਂ ਦਿਲ ਚ ਭਾਵਨਾ ਹੋਣੀ ਚਾਹੀਦੀ ਹੈ, ਜਿਹਦੇ ਕਹਿੰਦੇ ਦਿਲ ਚ ਭਾਵਨਾ ਵੀ ਸਾਰਾ ਕੁਛ ਕੋਲ ਹੀ ਹੈ, ਜੇ ਬਾਕੀ ਸਿਰੇ ਤੁਸੀਂ ਤੂੰ ਰਾਏ ਕਰ ਲਈ, ਤੇਰੀ ਮਾਂ ਹੈਗੀ ਹੈ, ਜਿਹੜਾ ਤੁਹਾਨੂੰ ਚੰਗਾ ਲੱਗਿਆ ਉਹ ਕਰਾ ਦੇ। ਨਹੀਂ ਮੈਂ ਮੰਮੀ ਨਾਲ ਤਾਂ ਅਜੇ ਗੱਲ ਕਰੀ ਨਹੀਂ ਹੈਗੀ, ਪਰ ਮੈਂ ਉਦਾਂ ਹੀ ਸੋਚ, ਤੁਸੀਂ ਜਿਵੇਂ ਮਰਜ਼ੀ ਗੱਲ ਸਧਾਰਨ ਪਾਠ ਕਰਾਉਣਾ, ਜੇ ਉਹ ਮਹਾਰਾਜ ਦੇ ਸਵਾਰੇ ਆਪਾਂ ਕਰੀ ਲਿਆ ਵੀ ਬਾਬੇ ਦੇ ਆਪਾਂ ਦਰਸ਼ਨ ਕਰਨੇ, ਫਿਰ ਤਾਂ ਸਧਾਰਨ ਪਾਠ ਕਰਾ ਦੇਵਾਂਗੇ, ਜੇ ਖੰਡ ਪਾਠ ਕਹੋਗੇ ਖੰਡ ਪਾਠ ਕਰਾ ਦੇਵਾਂਗੇ, ਉਹ 3 ਦਿਨਾਂ ਦਾ ਹੁੰਦਾ, ਠੀਕ ਹੈ। ਜਿਵੇਂ ਅੱਜ ਖੜਾ ਲਿਆ, ਕੱਲ੍ਹ ਦਾ ਤਾਂ ਛੱਡ ਕੇ ਪਰਸੋਂ ਨੂੰ ਭੋਗ ਪਊਗਾ, ਉਹ ਐਂ ਦਿਨ ਰਾਤ ਹੀ ਚੱਲੂਗਾ, ਠੀਕ ਹੈ। ਠੀਕ ਹੈ, ਜਿਹੜਾ ਤੁਹਾਨੂੰ ਚੰਗਾ ਲੱਗਿਆ, ਮੈਂ ਤਾਂ ਕਰਾਉਣ ਵਾਲਾ, ਮੈਂ ਤਾਂ ਉਹੀ ਕਰਵਾ ਦੂੰਗਾ। ਰਾਏ ਕਰ ਲਈ, ਮਾਂ ਦੀ ਵੀ ਰਾਏ ਜ਼ਰੂਰੀ ਹੈ, ਆਪਾਂ ਰਾਏ ਕਰ ਲਈ, ਬਾਅਦ ਚ ਉਹਨੂੰ ਦੱਸਾਂਗੇ, ਅਗਲਾ ਕਹਿੰਦਾ ਮੈਨੂੰ ਪੁੱਛਿਆ ਨਹੀਂ, ਅਸਲ ਤਾਂ ਉਹਨੂੰ ਪਹਿਲਾਂ ਪੁੱਛਿਆ ਕਰ, ਆਪਾਂ ਬਾਅਦ ਚ ਪਿੱਛੇ ਰਹਿ ਗਏ। ਨਾ ਮੰਮੀ ਨੂੰ ਮੈਂ ਕਿਹਾ ਪਹਿਲਾਂ ਮੈਂ ਤੁਹਾਨੂੰ ਪੁੱਛ ਲਾਂ ਫਿਰ ਪੁੱਛ ਲਾਂ। ਨਾ ਨਾ, ਹੁਣ ਤਾਂ ਮੈਨੂੰ ਵੀ ਬਾਅਦ ਚ ਪੁੱਛਿਆ ਕਰ, ਅਸਲ ਉਸ ਨੂੰ ਗੱਲ ਵੱਧ ਪੁੱਛਿਆ ਕਰ, ਚੰਗਾ ਲੱਗਦਾ ਪਤਾ। ਡੈਡੀ ਜੀ ਮੈਂ ਤਾਂ ਤੁਹਾਨੂੰ ਹੀ ਪਹਿਲਾਂ ਗੱਲ ਪੁੱਛੂਗੀ ਨਾ, ਹੁਣ ਲੈ ਕੇ ਕੌਣ ਆਇਆ ਸੀ ਉਹਨੂੰ? ਤੂੰ ਲੈ ਕੇ ਸੀ ਨਾ, ਬਸ ਫਿਰ ਤੂੰ ਹੀ ਉਹਨੂੰ ਪੁੱਛਿਆ ਕਰ ਪੁੱਤਾ, ਉਹ ਚੱਲ ਪੁੱਤਾ ਐਂ ਨਹੀਂ ਹੁੰਦਾ ਹੁੰਦਾ, ਤੂੰ ਨਹੀਂ ਗੱਲ ਸਮਝੀ, ਮੈਨੂੰ ਤਾਂ ਤੂੰ ਬਾਅਦ ਚ ਦੱਸ ਦੇ, ਮੈਂ ਕਿਹੜਾ ਗੁੱਸਾ ਕਰਨਾ ਗਾ ਤੇਰਾ, ਵੀ ਪੁੱਤ ਤੂੰ ਮੈਨੂੰ ਗੱਲ ਨਹੀਂ ਦੱਸੀ, ਪਹਿਲਾਂ ਤੂੰ ਆਪਦੀ ਮਾਂ ਨੂੰ ਦੱਸਣ ਲੱਗੀ, ਜੇ ਉਹਨੂੰ ਲੱਗੂ ਉਹਦੇ ਮਨ 'ਚ ਗੱਲ ਗੱਲ ਦੱਸਦੇ, ਮੈਨੂੰ ਬਾਅਦ 'ਚ ਪਤਾ ਲੱਗਦਾ, ਇਹ ਚੀਜ਼ਾਂ 'ਚ ਘਰੇ ਮਾੜੇ ਮਾੜੇ ਫਰਕ ਪਾਉਣ ਲਈ ਤਾਂ ਉਹ ਹੈ ਨਹੀਂ ਗੀ, ਪਰ ਆਪਦੇ ਦਿਮਾਗ ਨੂੰ ਕਿਤੇ ਗੱਲ ਜਾਂਦੀ, ਉਹਨੂੰ ਤੂੰ ਪਹਿਲਾਂ ਪੁੱਛ ਲਿਆ ਕਰ ਵੀ ਆਪਾਂ, ਮੈਂ ਡੈਡੀ ਨਾਲ ਗੱਲ ਕਰਕੇ ਉਹਨੂੰ ਐਂ ਲੱਗੂ ਵੀ ਹਜੇ ਡੈਡੀ ਨੂੰ ਪੁੱਛਿਆ ਨਹੀਂ, ਪਹਿਲਾਂ ਮੈਨੂੰ ਪੁੱਛ ਲਿਆ, ਫਰਕ ਪੈਂਦਾ ਨਾ ਗੱਲ ਦਾ, ਇਹ ਚੀਜ਼ ਕਹਿਣਾ, ਮੈਨੂੰ ਤਾਂ ਭਾਵੇਂ 4 ਦਿਨ ਬਾਅਦ ਪੁੱਛਣੀ, ਮੈਂ ਕੀ ਐਂ ਕਹਿਣਾ ਮੇਰੀ ਧੀ ਨੇ ਮੈਨੂੰ ਪੁੱਛਿਆ ਨਹੀਂ ਗਾ, ਵੀ ਉਹਦਾ ਵੱਧ ਕਰਦੀ, ਮੈਨੂੰ ਤਾਂ ਫਾਇਦਾ, ਜਿੰਨਾ ਤੂੰ ਉਹਦਾ ਵੱਧ ਕਰੇਗੀ ਚੰਗਾ ਗਾ, ਆਪਣੇ ਮੈਨੂੰ ਵੀ ਲੱਗੂਗਾ, ਮੇਰੀ ਧੀ ਉਹਦਾ ਵੱਧ ਕਰਦੀ ਹੈ, ਮੇਰੀ ਗੱਲ ਹੋਰ ਹੈ, ਮੇਰੀ ਸੋਚਣ ਸ਼ਕਤੀ ਹੋਰ ਹੈ, ਮੈਂ ਤਾਂ ਕਿਸੇ ਨਾਲ ਫਰਕ ਪਾਉਂਦਾ ਨਹੀਂ ਗਾ, ਅਤੇ ਨਾ ਹੀ ਮੇਰਾ ਅੱਜ ਭਾਵੇ, ਨਾ ਹੀ ਮੈਂ ਇਹ ਗੱਲਾਂ ਸੋਚਾਂ, ਮੈਨੂੰ ਪੁੱਛਿਆ ਨਹੀਂ, ਨਾ ਪੁੱਛਿਆ ਨਹੀਂ, ਮੈਂ ਇਹ ਗੱਲਾਂ ਮਗਰ ਲੱਗਦਾ ਨਹੀਂ, ਨਹੀਂ ਪੁੱਛਿਆ, ਮੈਂ ਇਹ ਗੱਲ ਨੂੰ ਮੈਟਰ ਨਹੀਂ ਸਮਝਦਾ, ਫਰਕ ਕਿੱਥੇ ਪੈਂਦਾ ਹੁੰਦਾ, ਜਦੋਂ ਇਹ ਗੱਲਾਂ 'ਚ ਬੰਦਾ ਉਹ ਕਰਨ ਲੱਗ ਜਾ, ਇਹਨੇ ਮੈਨੂੰ ਨਹੀਂ ਪੁੱਛਿਆ, ਉਦੋਂ ਫਰਕ ਪੈਂਦੇ ਆ, ਇਹ ਗੱਲਾਂ 'ਚ ਧਿਆਨ ਨਹੀਂ ਦੇਣਾ ਚਾਹੀਦਾ, ਘਰੇ ਆਪਾਂ 8 ਜਣੇ ਜੇ 10 ਜਣੇ, ਜੇ ਬੰਦੇ ਨੂੰ 1 ਜਣੇ ਪੁੱਛ ਲਿਆ, ਇੱਕ ਨੂੰ ਬਾਅਦ 'ਚ ਪੁੱਛ ਲਿਆ, ਉਹਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ, ਜੇ ਆਪਾਂ ਸਾਰੇ ਜਣੇ ਗੱਲ, ਜਾਂ ਮੈਨੂੰ ਤਾਂ ਪੁੱਛਿਆ ਨਹੀਂ, ਮੈਨੂੰ ਅੱਜ ਪੁੱਛਦੇ ਆ, ਕੱਲ੍ਹ 3 ਦਿਨਾਂ 'ਚ ਚੱਲੀ ਜਾਂਦੇ, ਉਹਦੇ ਘਰ 'ਚ ਫਰਕ ਪੈ ਜਾਂਦੇ ਆ, ਜਦੋਂ ਬੰਦੇ ਇਹ ਗੱਲਾਂ ਸੋਚਣੀਆਂ ਨਹੀਂ ਚਾਹੀਦੀਆਂ ਹੁੰਦੀਆਂ, ਜੇ ਕਿਸੇ ਨੂੰ ਵੀ ਪੁੱਛ ਲਿਆ, ਇਹ ਗੱਲਾਂ ਇਹ ਨਹੀਂ ਚੀਜ਼ ਹੁੰਦੀ ਮੈਟਰ ਕਰਦੀ, ਹੱਕ ਆਪਣੇ ਘਰੇ, ਹੁਣ ਉਹਦਾ ਬਣਦਾ ਵੀ ਮੈਂ ਆਪਾਂ ਐਂ ਕਰਨਾ ਸੀ, ਜੇ ਕਰਾ ਦੇ, ਜਿਵੇਂ ਛੋਟਾ ਫੈਸਲਾ ਹੋ, ਮੈਂ ਤਾਂ ਛੋਟੇ ਪਿੱਛੇ ਲੱਗ ਜੂੰਗਾ। ਮੈਂ ਤਾਂ ਤੁਹਾਨੂੰ ਪੁੱਛ ਲਿਆ, ਫਿਰ ਮੰਮੀ ਨੇ ਵੀ ਐਂ ਕਹਿਣਾ ਸੀਗਾ, ਪਹਿਲਾਂ ਆਪਣੇ ਡੈਡੀ ਨੂੰ ਪੁੱਛ ਲਾ। ਨਾ ਕਦੇ ਡੈਡੀ ਨੂੰ ਬਾਅਦ 'ਚ, ਪਹਿਲਾਂ ਤੂੰ, ਨਾਲੇ ਉਹਨੂੰ ਚੰਗਾ ਲੱਗਦਾ, ਹੁਣ ਪਹਿਲਾਂ ਤੂੰ ਉਹਨੂੰ ਪੁੱਛੀ, ਕਹਿੰਦੇ ਆਪਣਾ ਇਰਾਦਾ ਵੀ ਖੁਸ਼ੀ ਨਾਲ ਕੀ ਕਰੀਏ, ਜਿਵੇਂ ਉਹਨੂੰ ਕਹਿਤਾ ਉਵੇਂ ਕਰ ਦਿਓ, ਠੀਕ ਹੈ, ਮੈਂ ਤਾਂ ਛੋਟੇ ਪਿੱਛੇ ਆਇਆ, ਉਹ ਹਾਂ ਕਰਦੀ, ਕਹਿੰਦੇ ਕੋਈ ਡੈਡੀ ਨੂੰ ਤਾਂ ਮਾਪੇ ਸੰਭਾਲ ਲਊ, ਕੋਈ ਗੱਲ ਨਹੀਂ, ਚਲੋ ਠੀਕ ਹੈ। ਅਸਲ ਤਾਂ ਤੂੰ ਉਸੇ ਨੂੰ ਕਹੀ, ਕਹਿੰਦੇ ਤੂੰ ਪੁੱਛ ਲਈ ਡੈਡੀ ਨੂੰ, ਨਾਲੇ ਮੈਨੂੰ ਉਹ ਆਪੇ ਆ ਕੇ ਪੁੱਛ ਲਈ, ਮਨੂੰ ਆਪਣੀ ਆਏ ਕਹਿੰਦੀ, ਹਾਂ ਚਲੋ ਨਾਲੇ ਉਹਨਾਂ ਨੂੰ ਐਂ ਹੋ ਜਾਊਗਾ ਵੀ ਚਲੋ ਵੀ ਮੇਰੇ ਤੋਂ ਵੀ ਰਾਏ ਸਲਾਹ ਲੈਂਦੇ। ਹਾਂ ਹੁਣ ਤੂੰ ਐਂ ਨਾ ਕਹੀ ਵੀ ਮੇਰੇ ਕੋਲ ਗੱਲ ਛੇੜੀ ਸੀ, ਨਾ ਮੈਂ ਕੋਈ ਗੱਲ ਨਹੀਂ, ਮੈਂ ਤਾਂ ਉਦਾਂ ਹੀ, ਮੈਂ ਤਾਂ ਦਿਲ ਚ ਗੱਲ ਬਣਾਈ ਹੈ, ਉਹ ਮੇਰੇ ਕੋਲ ਗੱਲ ਕਰ ਲੂ ਤੇ ਆਪਾਂ ਕਰ ਲਾਂਗੇ, ਕੋਈ ਗੱਲ ਨਹੀਂ, ਠੀਕ ਹੈ ਜੀ, ਕਿਉਂ ਆਪਾਂ ਤਾਂ ਪਰਮਾਤਮਾ ਦਾ ਨਾਮ ਲੈਣਾ, ਘਰੇ ਲੈਤਾ ਜਾਊਗਾ, ਬਾਕੀ ਸਿਰੇ ਕਹਿੰਦੇ ਭਰੋਸਾ ਹੁੰਦਾ ਗਾ, ਯਕੀਨ ਹੁੰਦਾ ਗਾ, ਤੜਕੇ ਅੱਠ ਕੇ, ਹੁਣ ਤੂੰ ਵੀ 2 ਘੰਟੇ ਲਾਉਣੀ, 3 ਤਾਂ ਮੈਂ ਵੀ ਆਹੋ ਕਰ ਦਾਂਗਾ, ਚਲ ਆਪਾਂ ਕਹਿੰਦਾ ਇਹਨੂੰ ਦੱਸਣਾ ਵੀ ਅਸੀਂ ਇੰਨੇ ਇੰਨੇ ਚਿਰ ਪਾਠ ਕਰਦੇ ਹਾਂ ਵੀ ਚੱਲ, ਉਹ ਤਾਂ ਆਪਾਂ ਫਿਰ ਵੀ ਕਹਿੰਦੇ ਜਿਹੜੀ ਬਾਬਾ ਚੱਲ ਕੇ ਆਊ ਘਰੇ, ਉਹ ਗੱਲ ਕੁਛ ਹੋਰ ਹੁੰਦੀ ਹੈ, ਚੱਲ ਕੋਈ ਗੱਲ ਨਹੀਂ ਪੁੱਤ, ਜੇ ਤੇਰੀ ਸਰਦਾ ਗਈ ਆਪਾਂ ਜ਼ਰੂਰ ਕਰਾਵਾਂਗੇ, ਠੀਕ ਹੈ। ਆਹ ਇਹ ਪਰਮਾਤਮਾ, ਇਹ ਵਾਹਿਗੁਰੂ ਮੇਰ ਰੱਖੀ ਮੇਰੇ ਘਰ ਪਰਿਵਾਰ 'ਤੇ, ਬਸ ਮੈਨੂੰ ਤਾਂ ਹੁਣ ਆਈ ਲੱਗਿਆ ਪਿਆ, ਇਹ ਨਾ ਇੱਕ ਗੱਲ ਇਹਦੇ ਦਿਮਾਗ 'ਚ ਚੱਲੀ ਕੀ ਜਾਂਦਾ, ਵੀ ਧੀ ਦੇ ਕੋਈ ਨਾ ਕੋਈ ਗੱਲ ਵਾਹੀ ਬੈਠੀ ਹੈ, ਜਿਹੜਾ ਇਹਨੇ ਪਾਠ ਨੂੰ ਕਹਿਤਾ, ਜਾਂ ਤਾਂ ਕੋਈ ਗੱਲ ਬਾਹਰ ਸੁਣ ਲਈ ਇਹਨੇ, ਕੋਈ ਵੀ ਆਉਣ ਵਾਲੀ ਮੁਸੀਬਤ ਆ, ਕੋਈ ਮੈਨੂੰ ਦੱਸ ਨਹੀਂ ਰਹੀ, ਕੋਈ ਨਾ ਕੋਈ ਵਜ੍ਹਾ ਤਾਂ ਹੈਗੀ ਹੈ, ਕੁਛ ਇਹਦੇ ਦਿਮਾਗ 'ਚ ਚੱਲ ਰਿਹਾ ਵੀ ਜਿਹੜਾ ਦੱਸ ਨਹੀਂ ਰਹੀ, ਅੰਦਰੋਂ ਅੰਦਰ ਹੀ ਝੰਝੋੜ ਜੇ ਲਈ, ਝੰਝੋੜੀ ਜਿਹੀ ਪਈ ਹੈ ਵੀ ਕਿਵੇਂ ਉਹਦੇ ਦਿਮਾਗ 'ਚ ਗੱਲ ਚੱਲ ਰਹੀ ਹੈ,
ਡੈਡੀ ਜਿਮ ਜਿਮ ਦਾ ਡਰ ਨਹੀਂ ਜਾਂਦਾ, ਦੱਸ ਨਹੀਂ ਰਹੀ ਮੈਨੂੰ ਇਹ। ਚੱਲ ਕੋਈ ਗੱਲ ਨਹੀਂ, ਇਹ ਤਾਂ ਨਹੀਂ ਦੱਸ ਰਹੀ, ਪਰਮਾਤਮਾ ਤਾਂ ਹੈਗਾ ਹੀ ਹੈ ਨਾ, ਬਸ ਪਰਮਾਤਮਾ ਮੇਰਾ ਸਾਥ ਦੇ ਅੱਜ। ਕੋਈ ਗੱਲ ਨਹੀਂ, ਅੱਜ ਅੰਦਰ ਜਾ ਕੇ ਨਾ ਅਰਦਾਸ ਕਰਕੇ ਆਉਣ ਬਾਬੇ ਕੋਲ। ਵਾਹਿਗੁਰੂ। ਪਤਾ ਨਹੀਂ ਅੱਜ ਮੈਨੂੰ ਕੀ ਹੋਈ ਜਾਂਦਾ, ਜਦੋਂ ਦੀ ਉੱਠੀ ਹਾਂ ਮਨ ਜਿਹਾ ਬੜਾ ਬੇਚੈਨ ਜਿਹਾ ਹੋਇਆ ਪਿਆ। ਚੱਲ ਕੋਈ ਨਹੀਂ, ਮੈਂ ਡੈਡੀ ਜੀ ਨੂੰ ਰਾਹੀਂ ਕਿਹਾ ਵੀ ਡੈਡੀ ਘਰ 'ਚ ਨਾ ਆਪਾਂ ਪਾਠ ਕਰਵਾ ਲੈਂਦੇ ਹਾਂ, ਚਾਹੇ ਸੁਖਮਨੀ ਸਾਹਿਬ ਦਾ ਚਾਹੇ ਕੋਈ ਹੋਰ ਪਾਠ ਕਰਵਾ ਲਵਾਂਗੇ, ਵੀ ਚੱਲ ਮਨ ਥੋੜ੍ਹਾ ਸ਼ਾਂਤ ਹੋ ਜਾਊਗਾ। ਪੈ ਜਾਂਦੀ ਹਾਂ ਹੁਣ ਮੈਂ, ਥੋੜ੍ਹਾ ਟਾਈਮ ਰੈਸਟ ਕਰ ਲੂੰਗੀ, ਸੈੱਟ ਹੋ ਜਾਊਗਾ। ਕੱਟ ਦੇ। ਲੈ ਬੜੀ ਆਰਾਮਦਾਇਕ ਨੀਂਦ ਸੌਂ ਰਿਹਾ ਸਰਪੰਚ, ਸੋਰੀ MLA ਸਾਹਿਬ। ਲੈ ਹੁਣ ਤੈਨੂੰ ਫਿਰ ਸਦਾ ਦਿੰਦੀ, ਸੌਂ ਜਾ ਰਾਣੀ ਬੱਬੂ। ਕੀ ਹੋਈ ਜਾ ਰਿਹਾ ਨਾ, ਡੈਡੀ ਨੂੰ ਅੱਜ ਮੈਂ ਕਿਤੇ ਨਹੀਂ ਜਾਣ ਦੇਣਾ ਹੈਗਾ, ਨਾ ਮੈਂ ਕਿਸੇ ਨੂੰ ਘਰੇ ਆਉਣ ਦੇਣਾ, ਡੈਡੀ ਕੋਲ ਜਾਵਾਂ ਪਹਿਲਾਂ। ਕੰਮ ਜਾ ਕਰ ਹੀ ਆ ਗਈ ਪਹਿਲਾਂ, ਮੇਰਾ ਉਹ ਕਰ। ਡੈਡੀ ਕੀ ਹੋ ਗਿਆ ਪਤਾ? ਡੈਡੀ ਕਿੱਥੇ ਚੱਲੇ ਹੋ ਸੀ? ਪਤਾ ਕੰਮ ਚੱਲਣ ਜਾਣਾ ਤੂੰ ਨਾਲ ਮੇਰੇ? ਨਾ ਡੈਡੀ ਮੈਂ ਕਿਤੇ ਨਹੀਂ ਜਾਣਾ, ਤੇ ਤੁਸੀਂ ਵੀ ਅੱਜ ਕਿਤੇ ਨਾ ਜਾਓ। ਕਿਤੇ ਨਾ ਜਾਓ? ਤੂੰ ਕੰਮ ਜਾ ਕੇ ਨਾ ਕਿਤੇ? ਨਾ ਨਾ ਕਿਤੇ ਨਹੀਂ ਜਾਣਾ ਮੈਂ, ਉਹ ਬਸ ਮੈਨੂੰ ਨਾ ਅੱਜ ਵੈਸੇ ਮੇਰਾ ਅੱਜ ਮਨ ਜਿਹਾ ਨਹੀਂ ਲੱਗ ਰਿਹਾ, ਮੈਂ ਕਿਹਾ ਅੱਜ ਇਕੱਠੇ ਬੈਠੇ ਰਹਿੰਦੇ ਸਾਰਾ ਦਿਨ। ਕੋਈ ਨਹੀਂ, ਤੇਰੀ ਮੰਮਾ ਹੈਗੀ ਨਾ ਘਰੇ, ਲੈ ਮੰਮਾ ਕੋਲ ਛੱਡ ਦਿੰਦਾ ਇਹ ਗੱਡੀ ਕਰ ਲੈ। ਨਾ ਨਾ ਡੈਡੀ ਮੰਮੀ ਤਾਂ ਹੈਗੇ ਨੇ, ਪਰ ਤੁਸੀਂ ਸਮਝੋ ਨਾ ਮੈਂ ਤੁਹਾਡੇ ਕੋਲ ਬਹਿਣਾ, ਪਤਾ ਨਹੀਂ ਕਿਉਂ ਮੇਰਾ ਅੱਜ ਬਹੁਤ ਮਨ ਹੋ ਰਿਹਾ ਵੀ ਮੈਂ ਤੁਹਾਡੇ ਕੋਲ ਬੈਠਾ। ਇਹ ਜੀ ਕਿਸੇ ਜੀ ਕੀ ਗੱਲ ਹੋ ਗਈ ਪੁੱਤ? ਸਤਿ ਸ਼੍ਰੀ ਅਕਾਲ MLA ਸਾਹਿਬ। ਖੁੱਲ ਕੇ ਬੋਲਣਾ, ਕੀ ਗੱਲ ਹੋ ਗਈ, ਤੇਰੀ ਤਬੀਅਤ ਠੀਕ ਹੈ? ਹਾਂਜੀ ਡੈਡੀ ਜੀ, ਇਹ ਕੀ ਕਰਨ ਆਏ ਨੇ? ਓਹੋ ਉੱਤੇ ਕਿਹੜਾ ਅੱਜ ਦੇ ਆਉਂਦੇ ਆ, ਉਹ ਜਿਹੜੀ MLA ਸੀ ਭੈਣ ਤੈਨੂੰ ਦੱਸਿਆ ਸੀ ਉਹਦੀ ਡੈਥ ਹੋ ਗਈ ਸੀ, ਉਹਨਾਂ ਦੀ ਭੈਣ ਹੈ, ਬਸ ਇਹ ਸਮਾਜ ਸੇਵੀ ਆ, ਚੰਗੇ ਕੰਮ ਕਰਦੀ ਆ, ਉਹ ਥੋੜ੍ਹਾ ਜਿਹਾ ਗਲਤ ਕੰਮ ਕਰਦੀ ਸੀ, ਬਸ ਆਹੀ ਗੱਲ ਆ ਗਈ। ਇਹਨਾਂ ਦਾ ਕੰਮ ਹੈਗਾ ਸਮਾਜ 'ਚ ਭਲਾ ਕਰਨਾ, ਜਿਵੇਂ ਮੈਂ ਭਲੇ ਕਰਦਾ, ਬਸ ਇਹ ਵੀ ਭਲੇ ਕਰਦੇ। ਜਾਂ ਤੂੰ ਐਂ ਕਰ, ਅੰਦਰ ਜਾ ਕੇ ਆਰਾਮ ਕਰ ਲੈ, ਅਸੀਂ ਕਰਦੇ ਗੱਲਬਾਤ। ਨਾ ਨਾ ਡੈਡੀ ਮੈਂ ਤੁਹਾਡੇ ਨਾਲ ਹੀ ਜਾਊਂਗੀ। ਕੋਈ ਨਾ ਬੱਚੇ ਨਾਲ ਚੱਲ, ਫਿਰ ਫਿਰ ਨਾਲ ਆ ਜਾ ਕੋਲੇ, ਫਿਰ ਕੀ ਹੁੰਦਾ, ਲੈ ਫਿਰ ਕੀ ਹੁੰਦਾ, ਆ ਜਾ। ਚੱਲ ਪੁੱਤ ਆ ਜਾ। ਲੈ ਜੀ ਹੋਰ ਦੱਸੋ ਸਮਾਜ ਸੇਵੀ ਸਾਹਿਬ, ਕੀ ਹਾਲ ਚਾਲ ਹੈ ਪਹਿਲਾਂ ਤੁਹਾਡਾ? ਹਾਲ ਚਾਲ ਠੀਕ ਹੈ ਜੀ, ਵਧੀਆ। ਤੁਸੀਂ ਦੱਸੋ ਘਰ ਪਰਿਵਾਰ ਠੀਕ ਹੈ? ਹਾਂ ਹਾਂ ਵਧੀਆ, ਬਸ ਆਹ ਦੇਖ ਮੇਰੀ ਧੀ ਹੈ, ਬਸ ਇਹ ਖੋਸਾ, ਤਾਂ ਕਹਿੰਦੇ ਮੈਂ ਵੀ ਖੋਸਾ, ਹੋਰ ਇੱਥੇ ਆਪਾਂ ਕੀ ਲੈ ਜਾਣਾ ਗਾ। ਹਾਂਜੀ ਇਹ ਤਾਂ ਹੈ, ਜਦ ਬੱਚੇ ਖੁਸ਼ ਤਾਂ ਮਾਂ ਪਿਓ ਖੁਸ਼, ਇਹਨਾਂ ਦੀ ਖੁਸ਼ੀ ਜੀ ਆਪਣੀ ਖੁਸ਼ੀ ਹੁੰਦੀ ਹੈ। ਬਤਾ ਹੁਣ ਇਹਨਾਂ ਦਾ ਮਾਰੇ ਤੁਰਿਆ ਫਿਰ ਤਾਂ, ਬਸ ਆ ਪੁੱਤਾਂ ਮੇਰਾ ਉਹ ਵੀ ਬਾਹਰ ਆ ਜੂ, ਬਾਕੀ ਸਿਰੇ ਮੇਰਾ ਸੀਗਾ, ਤੈਨੂੰ ਪਤਾ ਇਹਨੇ ਮੇਰੀ ਧੀ ਨੇ ਕਹਿ ਕਹਾ ਕੇ ਭਾਈ ਦੁਬਾਰੇ ਵਿਆਹ ਕਰਤਾ, ਹੁਣ ਜਮੀ ਰੰਗ ਮੰਗਲ ਹੀ ਲੱਗ ਗਏ ਬਸ। ਇਹ ਤਾਂ ਹੈ MLA ਸਾਹਿਬ,
ਇਹ ਬੱਚੇ ਨਾ ਆਪਣੇ ਖੰਭ ਹੁੰਦੇ ਨੇ, ਇੰਨਾ ਸਹਾਰੇ ਉੱਡਦੇ ਆ ਆਪਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਜੀ ਮੈਡਮ ਜੀ ਕੀ ਹਾਲ ਨੇ? ਹਾਂਜੀ ਬਿਲਕੁਲ ਠੀਕ ਵਧੀਆ। ਪੁੱਤਾ ਤੂੰ ਐ ਕਰ, ਚਾਹ ਪਾਣੀ ਲਿਆ ਤੇਰੀ ਮੰਮੀ ਨਾਲ। ਬੱਚੇ ਵਿਚ ਬੈਠੇ ਵਧੀਆ ਨੀ ਲੱਗਦੇ, ਤੁਸੀਂ ਜਾਓ ਆਪਣੇ ਰੂਮ ਚ। ਕੋਈ ਨੀ, ਮੈਂ ਨਹੀਂ ਸੁਣਦੀ ਮੰਮੂ, ਓਦਾਂ ਜਾਂਦੀ ਨੀ। ਪਤਾ ਨੀ ਅੱਜ ਤੜਕੇ ਦੇਖਿਆ, ਪਹਿਲਾਂ ਹੀ ਬਾਹਰ ਜਾਂਦਾ ਸੀਗਾ, ਕਹਿੰਦੀ ਅੱਜ ਤੂੰ ਜਾਣਾ ਨੀ ਗਾ। ਅੱਛਾ ਚਲੋ ਕੋਈ ਗੱਲ ਨੀ, ਤੁਹਾਡੇ ਨਾਲ ਟਾਈਮ ਸਪੈਂਡ ਕਰਨ ਨੂੰ ਕਹਿੰਦੀ ਹੈ, ਕੋਈ ਗੱਲ ਨੀ। ਫਿਰ ਇਹਦਾ ਮਤਲਬ ਮੈਂ ਗਲਤ ਟਾਈਮ ਤੇ ਆ ਗਈ? ਨਾ ਨਾ ਨਾ, ਗਲਤ ਤਾਂ ਕਿਉਂ ਆ ਗਈ? ਨਾ 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 ਨਾ, ਲੈ ਅਸੀਂ ਗਲਤ ਟਾਈਮ ਤੇ ਆ ਗਏ, ਕੋਈ ਗੱਲ ਨੀ, ਬਾਹਰ ਜਾਣਾ ਸੀ ਅੱਜ ਕੈਂਸਲ ਕਰ ਦਾਂਗੇ, ਆਪਾਂ ਨੂੰ ਕੀ ਹੈ, ਬੱਚਿਆਂ ਦੀ ਖਾਤਰ ਨਾ ਜਾਵਾਂਗੇ, ਹੋਰ ਕੀ ਹੈ। ਨਹੀਂ ਬੱਚੀ ਸੋ ਤੋਂ ਪਰਾਂ ਨਹੀਂ ਹੋਣਾ ਚਾਹੁੰਦੀ ਨਾ, ਇਸ ਲਈ ਮੈਨੂੰ ਲੱਗਿਆ ਵੀ ਮੈਂ ਗਲਤ ਟਾਈਮ ਆ ਗਈ। ਨਹੀਂ ਕੋਈ ਗੱਲ ਨਹੀਂ, ਬੱਚੀ ਦਾ ਕੀ ਬੈਠ। ਕਿਉਂ ਮੈਡਮ, ਤੁਸੀਂ ਇਹੀ ਚਾਹੁੰਦੇ ਹੋ ਕਿ ਮੈਂ ਡੈਡੀ ਤੋਂ ਪਰੇ ਹੋ ਜਾਵਾਂ? ਨਹੀਂ ਨਹੀਂ ਬੇਟਾ, ਮੈਂ ਤਾਂ ਇਹ ਕਿਹਾ ਨਹੀਂ। ਮੈਂ ਤਾਂ ਉਹ ਕਹਿੰਦੇ ਵੀ ਅਸੀਂ ਚੱਲ ਦੋ ਹੁੰਦੇ, ਕਈ ਵਾਰ ਕੋਈ ਕੰਮ ਦੀ ਗੱਲ ਕਰਨੀ ਹੁੰਦੀ ਆ ਤਾਂ ਕਰਕੇ ਕਹਿੰਦੇ। ਹੁਣ ਕਿਉਂ ਕਹੂਗੀ, ਲੈ ਉਹੀ ਜਗ੍ਹਾ ਤੈਨੂੰ ਹੋ ਕੇ ਗਿਆ ਪੁੱਤ, ਤੂੰ ਤਾਂ ਇੰਨੇ ਵਧੀਆ ਵਧੀਆ ਗੱਲਾਂ ਕਰਦੀ ਹੁੰਦੀ ਆ। ਪੁੱਤਰ ਤੇਰੇ ਡੈਡੀ ਭਲਾਈ ਲੋਕ ਭਲਾਈ ਦੇ ਕੰਮ ਵਾਲੇ ਕਰਦੇ ਆ, ਉੱਥੇ ਵੀ ਫਿਰ ਸਾਡੀ ਕੋਈ ਡਿਸਕਸ ਕਰਨੀ ਬਣਦੀ ਆ ਨਾ। ਹਾਂਜੀ ਉਹ ਤਾਂ ਬਣਦੀ ਆ, ਤੇ ਮੈਨੂੰ ਇਹ ਵੀ ਪਤਾ ਮੇਰੇ ਡੈਡੀ ਲੋਕ ਭਲਾਈ ਦੇ ਕੰਮ ਬਹੁਤ ਕਰਦੇ ਆ, ਤਾਂ ਹੀ ਤਾਂ ਉਹਨਾਂ ਦੇ ਇੰਨੇ ਦੁਸ਼ਮਣ ਬਣ ਗਏ। ਨਹੀਂ ਨਹੀਂ ਪੁੱਤ, ਜਿਹੜਾ ਇਨਸਾਨ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚ ਸਕਦਾ ਨਾ, ਉਹਦਾ ਕੋਈ ਦੁਸ਼ਮਣ ਨਹੀਂ ਹੋ ਸਕਦਾ, ਉਹਦੇ ਸਾਰੇ ਦੋਸਤ ਹੀ ਹੁੰਦੇ ਆ। ਜਿਹੜੇ ਦੋਸਤ ਹੁੰਦੇ ਨੇ ਨਾ, ਕਈ ਵਾਰ ਉਹੀ ਦੁਸ਼ਮਣ ਬਣ ਕੇ ਬੈਠ ਜਾਂਦੇ ਨੇ। ਪੁੱਤ ਮੇਰੀ ਗੱਲ ਸੁਣ, ਪਹਿਲੀ ਗੱਲ ਤਾਂ ਅੱਜ ਤੱਕ ਕੋਈ ਇਹੋ ਜਿਹੀ ਗੋਲੀ ਨਹੀਂ ਬਣੀ ਜਿਹੜੀ ਤੇਰੇ ਡੈਡੀ ਦੇ ਲੱਗ ਜੇ, ਸੁਣਦੀ ਗੱਲ ਤੂੰ ਮੇਰੀ ਗੱਲ, ਪਰ ਜੇ ਲੱਗਣੀ ਹੋਈ ਉਹ ਸਮਝ ਲਈ ਉਹਦੇ ਪਰਮਾਤਮਾ ਨੇ ਲਿਖੇ ਭੇਜੇ ਸੀ, ਆਪਣੇ ਤਾਂ ਲੱਗੂ। ਕਿਉਂ ਐਮ ਐਲ ਸਾਹਿਬ? ਹਾਂਜੀ ਹਾਂਜੀ ਜ਼ਰੂਰ, ਬੱਚੇ ਇੰਨੀ ਟੈਨਸ਼ਨ ਨਹੀਂ ਲਈਦੀ ਪੁੱਤ, ਤੁਹਾਡੀ ਤਾਂ ਹੱਸਣ ਖੇਡਣ ਦੀ ਉਮਰ ਹੈ, ਤੂੰ ਟੈਨਸ਼ਨ 'ਚ ਬੈਠੀ ਹੈ। ਠੀਕ ਹੈ, ਹੋਰ ਤਾਂ ਠੀਕ ਹੈ ਜੀ? ਹਾਂਜੀ ਹਾਂਜੀ ਬਿਲਕੁਲ ਠੀਕ ਹੈ। ਮੈਂ ਤਾਂ ਇਹ ਪਤਾ ਕਰਨਾ ਹੀ ਸੀ ਵੀ ਜਿਹੜਾ ਆਪਣਾ ਚਲਾਇਆ ਸੀ ਤੁਸੀਂ ਨੇ, ਉਹ ਆਸ਼ਰਮ ਜਾ ਕਿੱਥੇ ਤੱਕ ਪਹੁੰਚੀ? ਉਹ ਤਾਂ ਕਹਿੰਦੇ ਹੁੰਦੇ ਆ ਆਪਣੀਆਂ ਦਵਾਵਾਂ ਨਾਲ, ਇੰਨੀ ਸਭ ਦੀਆਂ ਦਵਾਵਾਂ ਨਾਲ ਬਹੁਤ ਜਲਦੀ ਤਿਆਰ ਹੋ ਜੂਗਾ। ਜੇ ਕੋਈ ਜ਼ਰੂਰ ਉਹਦੇ 'ਚ ਨਾ 25-30 ਬੰਦੇ ਲਿਆ ਕੇ ਆਪਾਂ ਵਹਾ ਵੀ ਦਿੱਤੇ। ਅੱਛਾ ਹਾਂਜੀ, ਬਹੁਤ ਵਧੀਆ। ਪਾਸੇ ਮੈਂ ਪਹਿਲਾਂ ਤਿਆਰ ਕਰਾਤਾ ਸੀਗਾ ਵੀ ਦੂਜਾ ਬਾਅਦ 'ਚ ਹੁੰਦਾ ਰਹੂ। ਬਹੁਤ ਵਧੀਆ ਕੰਮ ਕੀਤਾ MLA ਸਾਹਿਬ। ਤੇ ਆਪਾਂ ਕੌਣ ਕਰਨ ਵਾਲੇ, ਨਾ ਤਾਂ ਛੋਟਾ ਹੈਗਾ, ਮੈਂ ਤੁਹਾਨੂੰ ਕਹਿਤਾ ਸੀਗਾ ਮੋਟੇ ਮੋਟੇ ਅੱਖਰਾਂ 'ਚ ਹੁਣ ਤਾਂ ਪਾਉਣ ਨਹੀਂ ਦਿੰਦੇ ਉਹ, ਮੋਟੇ ਮੋਟੇ ਅੱਖਰਾਂ 'ਚ ਪਾ ਦਿਓ, ਮੇਰਾ ਭਾਵੇਂ ਪਾਇਓ ਨਾ ਪਾਇਓ ਉਹਨਾਂ ਦਾ ਜ਼ਰੂਰੀ ਹੈ। ਨਹੀਂ ਨਹੀਂ MLA ਸਾਹਿਬ, ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਚੁੱਕੀ ਵੀ ਮੇਰੇ ਵੱਲੋਂ ਤਾਂ ਗੁਪਤਦਾਨ ਹੀ ਰੱਖਿਓ, ਮੇਰੇ ਵੱਲੋਂ ਛੋਟੇ ਉਹਨੇ ਤਾਂ ਗੁਪਤੀ ਆ, ਸਾਨੂੰ ਮਾੜਾ ਮੋਟਾ ਪਾ ਲੈਣ ਦੇ, ਅਸੀਂ ਕਹਿਤਾ ਸੀਗਾ ਜੀ ਚੱਲ ਕੋਈ ਗੱਲ ਨਹੀਂ, ਫਿਰ ਕੀ ਹੁੰਦਾ ਮਾੜਾ ਮੋਟਾ ਫਿਰ ਵੀ ਯਾਦਗਿਰੀ ਰਹਿ ਜਾਂਦੀ ਹੁੰਦੀ ਹੈ। ਚਲੋ ਤੁਹਾਡੀ ਮਰਜ਼ੀ ਹੈ, ਪਰ ਮੈਂ ਨਹੀਂ ਚਾਹੁੰਦੀ ਕਿ ਇਹ ਦਿਖਾਵਾ ਜਿਹਾ ਕੀਤਾ ਜਾਵੇ। ਨਾ ਨਾ, ਤੁਹਾਡੀ ਸੋਚ ਤਾਂ ਬਹੁਤ ਵਧੀਆ, ਸੋਚ ਤਾਂ ਮੇਰੇ ਨਾਲ ਦੀ ਹੈ, ਬਹੁਤ ਚੰਗੀ ਸੋਚ ਆ ਤੁਹਾਡੀ, ਆਹ ਸੋਚ ਤੁਹਾਡੀ ਚੰਗੀ ਕਰਕੇ ਨਾ ਤਾਂ ਹੀ ਆਪਣੀ ਅੱਜ ਤੱਕ ਨਿਭੀ ਜਾਂਦੀ ਹੈ, ਪਤਾ ਨਹੀਂ ਹੋਰ ਬੰਦੇ ਨਾਲ ਮੇਰੀ ਘੱਟ ਹੀ ਨਿਭਦੀ ਹੈ, ਚੱਕਰ ਹੀ ਨਹੀਂ ਮਿਲਦੇ, ਉਹ ਥੋੜ੍ਹਾ ਜਿਹਾ ਪੈਸੇ ਵਾਲੇ ਪਾਸੇ ਨੂੰ ਭੱਜਦੇ ਆ, ਮੈਂ ਪੈਸੇ ਵਾਲੇ ਪਾਸੇ ਜਾਂਦਾ ਨਹੀਂ, ਬਸ ਮੇਰੀ ਤਾਂ ਇੱਕੋ ਹੀ ਸੋਚ ਆ, ਹਰ ਇੱਕ ਦਾ ਭਲਾ ਕਰਨਾ ਹੈ, ਗਰੀਬ ਦਾ ਵੀ ਭਲਾ ਕਰਨਾ, ਮੈਂ ਗਰੀਬ ਵਾਲੇ ਪਾਸੇ ਵੱਧ ਜਾਂਦਾ, ਅਮੀਰ ਵਾਲੇ ਪਾਸੇ ਘੱਟ ਜਾਂਦਾ, ਬਸ ਮੇਰੀ ਇਹ ਸੋਚ ਆ, ਦੂਜੇ ਅਮੀਰ ਵਾਲੇ ਪਾਸੇ ਵੱਧ ਜਾਂਦੇ ਆ, ਫਿਰ ਮੈਨੂੰ ਤਾਂ ਹੀ ਕਹਿ ਦਿੰਦੇ ਆ
ਇਹ ਤਾਂ ਛੋਟੇ ਹੀ ਆ, ਇਹ ਤਾਂ ਕੁੱਲੀਆਂ ਵਾਲੇ ਦੀ ਸੇਵਾ ਕਰਨ ਯੋਗ ਹੀ ਰਹਿ ਗਿਆ। ਮੈਂ ਕਹਿੰਦਾ ਚੱਲ ਭਾਈ ਐਂ ਤਾਂ ਐਂ ਸਹੀ, ਕੁੱਲੀਆਂ ਵਾਲੇ ਸਹੀ ਹੈ ਤਾਂ ਉਹ ਵੀ ਇਨਸਾਨ ਹੀ ਨਾ। ਇਹ ਤਾਂ ਹੈ MLA ਸਾਹਿਬ, ਉਹ ਰੱਬ ਹਰੇਕ ਚ ਹੀ ਵਸਦਾ, ਗਰੀਬ ਚ ਵੀ ਅਮੀਰ ਚ ਵੀ। ਹਜੇ ਤਾਂ ਗਰੀਬ ਚ ਤਾਂ ਪਰਮਾਤਮਾ ਵੱਧ ਵਸਦਾ ਹੁੰਦਾ। ਜੇ ਬੰਦੇ ਨੂੰ ਇੱਕ ਕਹਿੰਦੇ ਹੁੰਦੇ ਦਿਲੋਂ ਸੋਚਣਾ ਚਾਹੀਦਾ, ਜਿਹੜਾ ਕਹਿੰਦੇ ਚੀਜ਼ ਨਾ ਗਰੀਬ ਕੋਲ ਹੋਊਗੀ ਉਹ ਅਮੀਰ ਕੋਲ ਕਦੇ ਨਹੀਂ ਹੁੰਦੀ। ਇਹ ਤਾਂ ਤੁਹਾਡੀ ਗੱਲ ਸਹੀ ਹੈ MLA ਸਾਹਿਬ, ਪਰ ਬੰਦਾ ਦਿਲੋਂ ਅਮੀਰ ਹੋਣਾ ਚਾਹੀਦਾ, ਘਰੋਂ ਨਹੀਂ। ਬਸ ਸਹੀ ਗੱਲ ਆ, ਘਰੋਂ ਚਾਹੇ ਗਰੀਬ ਹੋਵੇ ਪਰ ਦਿਲ ਦਾ ਅਮੀਰ ਹੋਣਾ ਚਾਹੀਦਾ। ਇੱਕ ਮੈਂ ਤੁਹਾਨੂੰ ਦੱਸਦਾ ਗੱਲ, ਇੱਕ ਦਿਨ ਮੈਂ ਇੱਕ ਗੱਲ ਦੇਖੀ, ਇੱਕ ਬੰਦੇ ਕੋਲ ਕਰੋੜਾਂ ਰੁਪਈਆ, ਉਸ ਟਾਈਮ ਉਹਦੇ ਜੇਬ 'ਚ ਵੀ ਘੱਟੋ ਘੱਟ 5-7 ਲੱਖ ਰੁਪਈਆ ਹੋਊਗਾ, ਜਿਹੜੇ ਟਾਈਮ ਉਹ ਇੱਕ ਬੰਦੇ ਨੇ ਉਹਦੇ 100 ਰੁਪਈਆ ਮੰਗਿਆ, ਅਤੇ ਦੂਜੇ ਬੰਦੇ ਮੈਂ ਉੱਥੇ ਦੇਖਿਆ, ਮੈਂ ਦੂਜੇ ਬੰਦੇ ਕੋਲ 1 ਰੁਪਈਆ ਵੀ ਨਹੀਂ, ਅਤੇ ਦੂਜੇ ਬੰਦੇ ਨੇ ਆ ਕੇ ਜਦੋਂ ਉਹਦੇ ਪੈਸੇ ਮੰਗੇ, ਮੈਂ 5 ਦਿਨ ਹੋ ਗਏ, 6 ਦਿਨ ਹੋ ਗਏ ਖਾਣਾ ਨਹੀਂ ਖਾਧਾ, ਉਹ ਬੰਦਾ ਕਹਿੰਦਾ ਜਾ ਹੋਰ ਪਾਸੇ ਵਗ ਜਾ। ਦੂਜੇ ਬੰਦੇ ਨੂੰ ਪਤਾ ਨਹੀਂ ਗਰੀਬ ਸੀਗਾ ਭਾਈ, ਗਰੀਬ ਦੇ ਦੇਖਣ ਉਹਨੇ ਕੀ ਕਰਿਆ, ਹੈ ਨਹੀਂ ਸੀਗਾ, ਉਹ ਨਾਲਲੇ ਘਰ ਵਾਲਿਆਂ ਦੇ ਕਿਤੇ ਕੁਦਰਤੀ ਕੰਮ ਕਰਦਾ ਸੀਗਾ, ਉਹਨਾਂ ਤੋਂ ਫੜ ਕੇ 100 ਰੁਪਈਏ ਲਿਆ ਕੇ ਉਹਨੂੰ ਦੇਤਾ ਲੈ। ਅਤੇ ਮੈਂ ਕਿਹਾ ਜੀ 100 ਰੁਪਏ ਕਿੱਥੇ ਲਿਆਉਂਦਾ, ਕਹਿੰਦਾ ਮੈਂ ਇਹਨਾਂ ਦਿਹਾੜੀ ਕਰਦਾ, ਮੈਂ ਦਿਹਾੜੀ ਲਵਾ ਦੂੰਗੀ ਤੇ। ਪਰ ਆਹ ਬੰਦਾ ਕਹਿੰਦਾ ਅੱਜ ਨਹੀਂ ਖਾਣਾ ਨਹੀਂ ਖਾਧਾ, ਜੇ ਕਹਿੰਦਾ ਅੱਜ ਮੇਰਾ 100 ਰੁਪਏ ਨਾਲ ਖਾਣਾ ਖਾਣੋ, ਮੇਰੇ ਮਨ ਨੂੰ ਕੀ ਸਕੂਨ ਮਿਲਿਆ ਵੀ ਇੱਕ ਪਾਸੇ ਲੱਖਾਂ ਕਰੋੜਾਂ ਰੁਪਈਆ ਵਾਲਾ ਨਾਲ ਜੇਬ 'ਚ ਵੀ ਇਹ ਟਾਈਮ ਹੋਊਗਾ, ਉਹ ਵਿਚਾਰਾ ਦਿਹਾੜੀ ਵਾਲਾ, ਦੇਖੋ ਦਿਹਾੜੀ ਵਾਲੇ ਨੇ ਦਿਹਾੜੀ ਵਾਲੇ ਤੋਂ ਕਹਿੰਦਾ ਤੁਹਾਡੇ ਦਿਹਾੜੀ ਲਵਾ ਦਿਓ, ਮੈਨੂੰ 100 ਰੁਪਏ ਦੇ ਕੇ ਫੜ ਕੇ ਗਰੀਬ ਨੂੰ ਦਿੱਤਾ। ਕਿੱਥੇ ਫਿਰ ਇਨਸਾਨੀਅਤ ਗਰੀਬ 'ਚ ਆ ਗਈ ਕਿ ਅਮੀਰ 'ਚ ਆ ਗਈ? ਇਨਸਾਨੀਅਤ ਤਾਂ ਇਸ ਹਿਸਾਬ ਨਾਲ ਗਰੀਬ 'ਚ ਆ ਗਈ MLA ਸਾਹਿਬ, ਪਰ ਇਹ ਤੁਹਾਡਾ ਵਿੜੱਪਣ ਹੈ। ਮੈਂ ਤੁਹਾਨੂੰ ਕਈ ਵਾਰੀ ਕਹਿ ਚੁੱਕੀ ਵੀ ਤੁਹਾਡਾ ਇਹ ਵਿੜੱਪਣ ਹੈ ਜਿਹੜਾ ਤੁਸੀਂ ਇੰਨਾ ਸੋਚਦੇ ਹੋ ਗਰੀਬਾਂ ਬਾਰੇ, ਹਰ ਟਾਈਮ ਆਹ ਵੀ ਕਰਨਾ ਗਰੀਬਾਂ ਨੂੰ, ਆਹ ਵੀ ਤੁਹਾਡੀ ਇਹ ਸੋਚ ਹੈ ਵੀ ਅਮੀਰਾਂ ਦੇ ਬਰਾਬਰ ਲਿਆ ਕੇ ਛੱਡੀਏ ਗਰੀਬਾਂ ਨੂੰ। ਮੇਰੀ ਤਾਂ ਇਹੀ ਸੋਚ ਆ ਵੀ ਸਾਰੇ ਜਿਹੜੇ ਗਰੀਬ ਨਾ ਬਰਾਬਰ ਲਿਆ ਕੇ ਛੱਡਾਂਗੇ ਸੌਖੇ ਤਾਂ ਹੋ ਜਾਣਾ। ਹਾਂਜੀ, ਜਿਹਦੇ ਕੋਲ ਘਰ ਹੈ ਨਹੀਂ, ਘਰ ਬਾਰ ਨਹੀਂ, ਉਹਦਾ ਘਰ ਬਾਰ ਪੈ ਜੇ। ਹਾਂਜੀ ਡੈਡੀ ਜੀ, ਕਿੰਨਾ ਟਾਈਮ ਹੋਰ ਤੁਸੀਂ ਗੱਲਾਂ ਕਰਨੀਆਂ ਨੇ, ਆਪਾਂ ਚੱਲੀਏ। ਚੱਲਦੇ ਆ ਪੁੱਤ, ਕੋਈ ਗੱਲ ਨਹੀਂ, ਹੁਣ ਏਡੀ ਦੂਰ ਕੰਮ ਛੱਡ ਕੇ ਆਏ, ਇਹਨਾਂ ਦਾ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ, ਤੂੰ ਚੱਲ ਮੈਂ ਆ ਜਾਂਦਾ, ਕੋਈ ਗੱਲ ਨਹੀਂ। ਨਾ ਡੈਡੀ ਕੋਈ ਨਹੀਂ, ਮੈਂ ਬੈਠੀ ਹਾਂ। ਹਾਂ ਕੋਈ ਗੱਲ ਨਹੀਂ, ਤੇ ਹੋਰ ਦੱਸੋ ਜੀ? ਹੋਰ ਤਾਂ ਠੀਕ ਹੈ ਜੀ, ਚਲੋ ਜੇ ਕੋਈ ਜ਼ਰੂਰੀ ਕੰਮ ਹੈ। ਨਾ ਨਾ ਜ਼ਰੂਰੀ ਹੀ ਹੈ, ਵੈਸੇ ਕੋਈ ਗੱਲ ਨਹੀਂ, ਆਪਾਂ ਤਾਂ ਗੱਲਬਾਤ ਕਰਦੇ ਹਾਂ, ਕੋਈ ਚੱਕਰ ਵਾਲੀ ਗੱਲ ਨਹੀਂ। ਤੁਸੀਂ ਦੱਸੋ ਕਿਵੇਂ ਆਏ ਸੀ ਅੱਜ? ਬਸ ਮੈਂ ਤਾਂ ਇੱਥੋਂ ਲੰਘਦੀ ਸੀ, ਮੈਂ ਕਿਹਾ ਜਾਂਦੇ ਜਾਂਦੇ MLA ਸਾਹਿਬ ਨੂੰ ਮਿਲ ਜਾਈਏ, ਤੇ ਨਾਲੇ ਪੁੱਛ ਜਾਈਏ ਵੀ ਜੇ ਹੋਰ ਕੋਈ ਫੰਡ ਫੁੰਡ ਚਾਹੀਦਾ ਹੋਇਆ ਤਾਂ ਦੱਸ ਦਿਓ। ਕੋਈ ਗੱਲ ਨਹੀਂ ਜੀ, ਧੰਨਵਾਦ ਜੇ ਤੁਸੀਂ ਸਾਨੂੰ ਇੰਨਾ ਕਹਿਤਾ, ਨਾ ਸਮਝ ਲੈ ਵੀ ਆ ਗਿਆ ਕੋਲ, ਜੇ ਜ਼ਰੂਰਤ ਪਈ ਤਾਂ ਜ਼ਰੂਰ ਦੱਸਾਂਗੇ। ਹਜੇ ਇਵੇਂ ਸਰੀ ਜਾਂਦਾ ਗਾ, ਇਵੇਂ ਫਿਰ ਪਹਿਲਾਂ ਹੈਂਡ ਦਾ ਕੋਈ ਫਾਇਦਾ ਨਹੀਂ ਹੁੰਦਾ। ਜੇ ਵਾਲੀ ਗੱਲ ਨਹੀਂ ਹੈ ਮੇਰੇ ਸਾਹਿਬ, ਉਦੋਂ ਕਹਿੰਦੇ ਹੁੰਦੇ ਆ ਜਦੋਂ ਕੰਮ ਅੜ ਜੇ, ਹਜੇ ਕੰਮ ਨਾ ਵਧੀਆ 4 ਰੁਪਏ ਨੂੰ ਪੈਸਾ ਆਈ ਜਾਂਦਾ। ਬਾਹਰਲੇ ਬੰਦੇ ਜਿਹੜੇ ਬਾਹਰ ਗਏ ਅਮਰੀਕਾ, ਕਿਹੜੇ ਡੋ ਵੀ ਭੇਜੀ ਜਾਂਦੇ ਆ, ਜਦੋਂ ਉੱਧਰੋਂ ਵੀ ਮਾੜਾ ਮੋਟਾ ਹੋਊਗਾ ਕਿਸੇ ਨੇ 20 ਦੇਤਾ, ਕਿਸੇ ਨੇ 30 ਦੇਤਾ, ਆਈ ਜਾਂਦਾ ਪੈਸੇ। ਜੇ ਲੋੜ ਪਈ ਮੈਂ ਜ਼ਰੂਰ ਦੱਸੂਗਾ ਤੁਹਾਨੂੰ। ਠੀਕ ਹੈ MLA ਸਾਹਿਬ, ਇੱਕ ਗੱਲ ਹੋਰ, ਕਿਸੇ ਨੂੰ ਵੀ ਉੱਥੋਂ ਨਰਾਸਾ ਨਹੀਂ ਮੋੜਨਾ। ਨਹੀਂ ਨਹੀਂ, ਉਹ ਇਹ ਕੰਮ ਨਹੀਂ ਕਰਦਾ, ਤੇ ਨਰਾਸਾ ਕਿਉਂ ਮੋੜਾਂਗੇ ਆਪਾਂ? ਜੇ ਕੋਈ ਫਿਰਦਾ ਹੈ, ਕੋਈ ਬੇਸਹਾਰਾ ਹੈ, ਸਭ ਨੂੰ ਉੱਥੇ ਹੀ ਰੱਖਣਾ ਆਪਾਂ ਨੇ, ਇੱਕ ਸਾਈਡ ਅਨਾਥ ਆਸ਼ਰਮ, ਇੱਕ ਸਾਈਡ ਬਿਰਧ ਆਸ਼ਰਮ, ਦੋ ਪੋਰਸ਼ਨ ਬਣਾ ਲਿਓ। ਠੀਕ ਹੈ ਠੀਕ ਹੈ, ਸਮਝ ਗਈ ਗੱਲ। ਠੀਕ ਹੈ ਨਾ, ਸਮਝ ਗਏ ਸਮਝ ਗਏ, ਐਂ ਕਰ ਦਿਆਂਗੇ ਗੁਰੂ ਜੀ। ਹਾਂਜੀ, ਇੱਕ ਪਾਸੇ ਸਹੀ ਸੀ। ਮਾੜੀ ਜੀ ਕੋਈ ਗੱਲ ਕਰਨੀ ਸੀ, ਬੋਲਾਂ? ਹਾਂ ਹਾਂ ਬੋਲੋ ਜੀ। ਤੁਹਾਡਾ ਅਚਾਨਕ ਹੀ ਪ੍ਰੋਗਰਾਮ ਬਣ ਗਿਆ ਆਉਂਦਾ? ਬੇਟਾ ਜੀ, ਤੇਰੇ ਡੈਡੀ ਕੋਲ ਤਾਂ ਅਸੀਂ ਆਉਂਦੇ ਜਾਂਦੇ ਰਹਿੰਦੇ ਹਾਂ, ਇੱਧਰੋਂ ਲੰਘੇ ਸੀ, ਮੈਂ ਕਿਹਾ ਜਾਂਦੇ ਜਾਂਦੇ ਮਿਲ ਜਾਂਦੇ ਹਾਂ। ਤੈਨੂੰ ਵਧੀਆ ਨਹੀਂ ਲੱਗਿਆ ਬੇਟਾ? ਨਾ ਨਾ, ਵਧੀਆ ਕਿਉਂ ਲੱਗੀ, ਤਾਂ ਮੇਰੀ ਧੀ ਬਾਲੀ ਸਿਆਣੀ ਹੈ, ਵਧੀਆ ਇਹਨੂੰ ਤਾਂ ਕੀ ਇਹਨਾਂ ਦਾ ਆਇਆ ਹੁੰਦਾ, ਤਾਂ ਐਂ ਕਰ, ਤੂੰ ਐਂ ਕਰ, ਉੱਧਰ ਕਮਰੇ ਚਾਹ ਲਵਾ ਜਾ ਕੇ, ਮੈਂ ਅਸੀਂ ਆ ਗਏ, ਠੀਕ ਹੈ।
ਤੁਸੀਂ ਨਾਲ ਚੱਲੋ। ਚਲੋ ਠੀਕ ਹੈ ਐਮਐਲਏ ਸਾਹਿਬ, ਉਧਰ ਚਾਹ ਸੀ ਚਾਹ ਨਾ ਐ ਐਂ ਚਾਹ ਪੀ ਕੇ ਫੇਰ ਭੇਜਾਂਗੇ ਜਾਂ ਨਹੀਂ ਭੇਜਦੇ, ਚਲ ਫਿਰ ਆਪਾਂ ਉੱਥੇ ਬਹਿ ਕੇ ਚਾਹ ਪੀ ਲੈਂਦੇ ਹਾਂ, ਠੀਕ ਹੈ? ਚਲੋ ਫਿਰ ਨਾਲ ਚੱਲਣਾ, ਚਾਹ ਤਾਂ ਪੀਵਾਂਗੇ। ਜੇ ਹੋਰ ਕੋਈ ਕੰਮ ਹੈਗਾ ਤਾਂ ਦੱਸ ਦਿਓ, ਜੇ ਕੋਈ ਕਾਗਜ਼ ਪੱਤਰ ਨਾਲ ਸਾਈਨ ਸੂਣ ਹੋਣਾ ਕਰਿਆ ਕਰੋ। ਕੋਈ ਗੱਲ ਨਹੀਂ ਐਮਐਲਏ ਸਾਹਿਬ, ਕੋਈ ਗੱਲ ਨਹੀਂ, ਜੇ ਮੇਰੇ ਤੱਕ ਵੀ ਜਿੰਨੇ ਕੋਈ ਵੀ ਹੋਈ ਨਾ ਗੱਲ ਖੁੱਲ ਕੇ ਦੱਸਿਓ। ਦੇਖੋ ਐਮਐਲਏ ਸਾਹਿਬ, ਹੁਣ ਤੁਹਾਡੇ ਕੋਲ ਐਮਐਲਏ ਦਾ ਅਹੁਦਾ, ਜੇ ਮੈਨੂੰ ਜ਼ਰੂਰਤ ਪਈ ਵੀ ਕਿਸੇ ਤਰ੍ਹਾਂ ਦੀ, ਜਿਵੇਂ ਤੁਸੀਂ ਪਹਿਲਾਂ ਲਾ ਲਓ ਸ਼ੁਰੂ ਤੋਂ ਹੀ ਕਰਦੇ ਆ ਰਹੇ ਹੋਗੇ ਗਰੀਬਾਂ ਦੀ ਸੇਵਾ, ਉਹੀ ਮੈਂ ਕਰਨੀ ਹੈ। ਜੇ ਜ਼ਰੂਰਤ ਪਈ ਤਾਂ ਤੁਹਾਡੇ ਕੋਲ ਹੀ ਆਵਾਂਗੇ ਅਸੀਂ, ਹੋਰ ਨਹੀਂ ਕਿਸੇ ਕੋਲ ਜਾਂਦੇ, ਕਿਉਂਕਿ ਮੈਂ ਤਾਂ ਤੁਹਾਨੂੰ ਹੀ ਜਾਣਦੀ ਹਾਂ ਜ਼ਿਆਦਾਤਰ। ਮੈਨੂੰ ਤਾਂ ਜਾਣਦੇ ਹੋ ਸੱਚ, ਉਹਦਾ ਤੇਰੀ ਭੈਣ ਦਾ ਕੰਮ ਕੌਣ ਸੰਭਾਲਦਾ ਫਿਰ? ਤੁਸੀਂ ਮੈਂ ਤਾਂ ਕਹਿੰਦੇ ਸੀ ਚੱਲ ਤਾਂ ਜਿਹੜਾ ਕੁਛ ਹੋ ਗਿਆ ਹੋ ਗਿਆ, ਉਹ ਸਾਰਾ ਕੰਮ ਤੁਸੀਂ ਆਪਦੇ ਅੰਡਰ 'ਚ ਕਰ ਲਓ ਨਾ, ਉਹ ਸਾਰਾ ਕੰਮ ਐਵੇਂ ਉਹ ਹੋ ਜੂਗਾ, ਉਹ ਆਪਦੇ ਤੁਸੀਂ ਸਾਂਭ ਲਓ। ਜੇ ਤੁਸੀਂ ਉਹ ਆਉਦਾ ਸਮਝ ਲਓ ਤਾਂ ਚੰਗੀ ਗੱਲ ਹੈ, ਇੰਨਾ ਕੁ ਜ਼ੋਰ ਮੇਰੇ 'ਚ ਹੈਗਾ, ਮੈਂ ਕਹਾਂ ਕਿਸੇ ਨੂੰ ਉਹਦਾ ਦਵਾ ਦਿੰਦਾ ਗਾ, ਅਤੇ ਨਾਲੇ ਤੁਸੀਂ ਦੋਨੇ ਕੰਮ ਹੋ ਜਾਣਗੇ, ਨਾਲੇ ਫਾਲਾ ਅਤੇ ਨਾਲੇ ਫਾਲੀਆਂ। ਦੇਖੋ ਐਮਐਲਏ ਸਾਹਿਬ, ਵੈਸੇ ਤਾਂ ਮੈਂ ਇਹਨਾਂ ਚੱਕਰਾਂ 'ਚ ਪੈਣਾ ਨਹੀਂ ਚਾਹੁੰਦੀ। ਉਹ ਤਾਂ ਮੈਂ ਤੁਹਾਡੀ ਗੱਲ ਸਮਝਦੀ ਹਾਂ ਵੀ ਚੱਕਰ ਤਾਂ ਫੇਰ ਹੁੰਦੇ ਆ ਜੇ ਆਪਾਂ ਗਲਤ ਕੰਮ ਕਰਾਂਗੇ, ਕੁਛ ਤਾਂ ਕੰਮ ਤਾਂ ਇਹੀ ਕਰੋਂਗੇ ਨਾ। ਹਾਂਜੀ ਹਾਂਜੀ, ਮੈਂ ਤਾਂ ਇਹ ਗੱਲ ਕਹਿਣਾ ਗਾ, ਚਲੋ ਸੇਵਾ ਨੂੰ ਮੇਵਾ ਮਿਲਦਾ ਹੁੰਦਾ ਦੋਨੇ ਪਾਸੇ, ਨਾਲੇ ਤਾਂ ਉੱਧਰ ਸੇਵਾ ਹੋਈ ਚੱਲੂ ਨਾਲੇ ਮੇਵਾ, ਦੋਨੇ ਕੰਮ ਹੋ ਜਾਣਗੇ। ਠੀਕ ਹੈ ਐਮਐਲਏ ਸਾਹਿਬ, ਮੈਂ ਕਰੂੰਗਾ ਗੱਲ ਜ਼ਰੂਰ ਤਾਂ, ਠੀਕ ਹੈ? ਅਤੇ ਤੁਸੀਂ ਕਿਹੜਾ ਉਹ ਆਦਾ 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 ਉਹਦਾ ਸਾਂਭ ਲਓ ਦੇਣਾ, ਵੀ ਇਹਦੀ ਭੈਣ ਹੈਗੀ ਭਾਈ ਕੋਈ ਗੱਲ ਨਹੀਂ, ਅਤੇ ਇਹ ਸਾਲ ਸਾਂਭੂਗੀ ਸਾਰਾ ਕੰਮ, ਉਹਦੀ ਥਾਂ 'ਤੇ ਤੈਨੂੰ ਉਹ ਕਰ ਦਿੰਦੇ। ਠੀਕ ਹੈ ਐਮਐਲਏ ਸਾਹਿਬ, ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਇਹ ਸੇਵਾ ਜ਼ਰੂਰ ਨਿਭਾਉਂਗੀ। ਨਹੀਂ ਨਹੀਂ, ਇਹ ਡਿਊਟੀ ਨਾ ਸੁਣ ਨਹੀਂ ਦੇਵਾਂਗੇ। ਠੀਕ ਹੈ ਜੀ, ਵੈਸੇ ਮੈਂ ਤੁਹਾਨੂੰ ਦੱਸਿਆ ਵੀ ਮੈਂ ਇਹਨਾਂ ਚੱਕਰਾਂ 'ਚ ਪੈਣਾ ਤਾਂ ਚਾਹੁੰਦੀ ਨਹੀਂ, ਪਰ ਫਿਰ ਵੀ ਜੇ ਤੁਸੀਂ ਸੇਵਾ ਦਾ ਮੌਕਾ ਦਿਓਗੇ ਤਾਂ ਆਪਾਂ ਸੇਵਾ ਜ਼ਰੂਰ ਕਰਾਂਗੇ। ਤੈਨੂੰ ਪੁੱਤ ਮੈਂ ਦੱਸਣਾ ਭੁੱਲ ਗਿਆ ਗੱਲ ਕਿਹੜਾ, ਮੇਰੇ ਦਿਮਾਗ 'ਚ ਜਦੋਂ ਤੇਰੀ ਮੰਮਾ ਵਗ ਗਈ ਸੀ ਨਾ, ਸੁਣਦੀ ਪੁੱਤ ਗੱਲ? ਹਾਂਜੀ। ਉਦੋਂ ਕਿਹੜਾ ਮੈਂ ਮਨ 'ਚ ਗੱਲ ਬਣਾ ਲਈ ਸੀ, ਮੈਂ ਇਹਨਾਂ ਕੋਲ ਵੀ ਨਹੀਂ ਗੱਲ ਕਰੀ, ਕਿਤੇ ਮੇਰਾ ਇਰਾਦਾ ਬਣ ਗਿਆ ਸੀ ਮੈਂ ਇਹਨਾਂ ਨੇ ਵਿਆਹ ਕਰਾਉਣਾ, ਫਿਰ ਮੈਂ ਚੁੱਪ ਕਰ ਗਿਆ। ਕਿਉਂ ਚੁੱਪ ਕਰ ਗਿਆ? ਮੈਂ ਐਂ ਚੁੱਪ ਕਰ ਗਿਆ ਸੀਗਾ ਵੀ ਲੋਕ ਕੀ ਕਹਿਣਗੇ, ਵੀ ਉਹ ਜਵਾਕ ਐਡ, ਤੁਸੀਂ ਤਾਂ ਉਦੋਂ ਬਾਹਰ ਗਏ ਹੋਏ ਸੀਗੇ, ਫਿਰ ਮੈਂ ਗੱਲ ਛੇੜੀ ਨਹੀਂ, ਦਿਮਾਗ 'ਚ ਰੱਖ ਕੇ ਖਤਮ ਹੀ ਕਰਤੀ ਸੀ ਬਈ ਆਪਾਂ ਕਰਾਉਣੇ ਨੀਗਾ, ਅਤੇ ਮੈਟਰ ਹੀ ਖਤਮ ਕਰਤਾ ਸੀਗਾ। ਆਹ ਤਾਂ ਹੁਣ ਤੂੰ ਦੁਬਾਰੇ ਆ ਗਈ, ਦੁਬਾਰੇ ਮੈਟਰ ਚੱਕਿਆ, ਜਿੱਥੇ ਕਹਿੰਦੇ ਸੰਯੋਗ ਹੁੰਦੇ ਆ ਉਹ ਸੰਯੋਗਾਂ ਦੀ ਗੱਲ ਹੁੰਦੀ ਹੈ ਕਿ ਨਹੀਂ ਸਾਹਿਬ? ਇਹ ਤਾਂ ਹੈ ਗੱਲ ਸਾਹਿਬ, ਬਾਕੀ ਉਹ ਵੀ ਡੈਡੀ ਜੀ ਜੋ ਹੁੰਦਾ ਨਾ ਚੰਗੇ ਲਈ ਹੁੰਦਾ। ਹਾਂ ਹਾਂ ਪੁੱਤ, ਪਰਮਾਤਮਾ ਚੰਗੇ ਲਈ ਕਰਦਾ ਜਿਹੜਾ ਕੁਛ ਕਰਦਾ ਹੈ। ਹਾਂ ਹਾਂ, ਕਰਦਾ ਚੰਗੇ ਲਈ ਹੈ, ਆਪਾਂ ਦਾ ਕੰਮ ਕੋਈ ਵੀ ਚੰਗੇ ਲੈ ਕੇ ਕਰਦੇ ਹਾਂ, ਕੁਦਰਤ ਨੂੰ ਮਾੜਾ ਹੋਏ ਤਾਂ ਵੱਖ ਕਹਿ ਨਹੀਂ ਸਕਦੇ, ਮਾੜਾ ਕੰਮ ਕੋਈ ਨਹੀਂ ਕਰਕੇ ਰਾਜੀ। ਪੁੱਤਰ ਤੇਰੀ ਤਬੀਅਤ ਠੀਕ ਨਹੀਂ ਹੈਗੀ? ਮੈਨੂੰ ਲੱਗਦਾ ਅੱਜ ਕੋਈ ਪਛਾਣੇ ਤਾਂ ਹੱਸਦੀ ਖੇਡਦੀ ਰਹਿੰਦੀ ਹੁੰਦੀ ਹੈ, ਅੱਜ ਪਤਾ ਨਹੀਂ ਕੀ ਇਹਨੂੰ ਕੁਛ ਹੋਇਆ ਜਾਂ ਪਿਆ, ਬਸ ਕੋਈ ਗੱਲ ਨਹੀਂ, ਦਵਾਉਣੇ ਨੂੰ ਅੱਜ ਮੈਂ ਦਵਾਈ ਦਵੂਈ ਦਵਾ ਕੇ ਲਿਆਉਂਗਾ। ਚਲੋ ਐਂ ਕਰਕੇ ਆਪਾਂ ਪਹਿਲਾਂ ਚਾਹ ਚੁਹ ਪੀ ਲਈਏ ਉੱਧਰ ਬੈਠ ਕੇ, ਚਾਹ ਚਾਹ ਕੇ ਫਿਰ ਤੋਰਦੇ ਤੁਹਾਨੂੰ। ਠੀਕ ਹੈ ਜੀ, ਚਲੋ ਮੈਨੂੰ ਲੱਗਦਾ ਨਹੀਂ ਜਿੰਨੀ ਨਿੱਕੀ ਓਨੀ ਤਿੱਖੀ, ਇਹ ਤੋਂ ਬਚਣਾ ਪੈਣਾ।